ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਦੇ ਨਾਲ ਸਤਿ ਸ੍ਰੀ ਅਕਾਲ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਉਹਨਾਂ ਭਗਦੇ ਮਸਲਿਆਂ ਦੀ ਗੱਲ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਸਾਹਮਣੇ ਅਸੀਂ ਉਹਨਾਂ ਇਸ਼ੂਜ਼ ਨੂੰ ਰੱਖੀਏ ਜੋ ਕਿ ਪਬਲਿਕ ਡੋਮੇਨ ਦੇ ਉੱਤੇ ਹਰ ਕੋਈ ਇਸ ਬਾਰੇ ਗੱਲ ਕਰ ਰਿਹਾ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਕੱਲ੍ਹ ਅਸੀਂ ਕਰਤਾਰਪੁਰ ਲਾਂਘੇ ਦਾ ਮਸਲਾ ਚੱਕਿਆ ਸੀਗਾ, ਦੋਵੇਂ ਮੁਲਕਾਂ ਦੇ ਅਧਿਕਾਰੀਆਂ ਦੀ ਅੱਜ ਬਕਾਇਦਾ ਤੌਰ ਦੇ ਉੱਤੇ ਮੀਟਿੰਗ ਹੋਈ, ਕਈ ਗੱਲਾਂ ਨੂੰ ਲੈ ਕੇ ਸਹਿਮਤੀ ਜਿਤਾਈ ਗਈ, ਕਈ ਗੱਲਾਂ ਨੂੰ ਲੈ ਕੇ ਸਹਿਮਤੀ ਨਹੀਂ ਜਿਤਾਈ ਗਈ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਅਗਰ ਕੋਈ ਗੱਲ ਜਿਹੜੀ ਹੈ ਉਹ ਪਾਕਿਸਤਾਨ ਨੂੰ ਸੋਚਣ ਦੇ ਲਈ ਕਿਹਾ, ਅਤੇ ਉਹ ਵੀਜ਼ੇ ਦੀ ਫੀਸ ਹੈਗੀ ਹੈ। $20 ਬਕਾਇਦਾ ਤੌਰ ਦੇ ਉੱਤੇ ਪਾਕਿਸਤਾਨ ਨੇ ਫੀਸ ਰੱਖੀ ਸੀਗੀ, ਜੋ ਕਿ ਭਾਰਤ ਨੇ ਕਿਹਾ ਕਿ ਫੀਸ ਨਾ ਰੱਖੀ ਜਾਏ। 5,000 ਸ਼ਰਧਾਲੂ ਜਿਹੜੇ ਨੇ ਉਹ ਰੋਜ਼ਾਨਾ ਕਰਤਾਰਪੁਰ ਲਾਂਘੇ ਦੇ ਉੱਤੇ ਜਾਣ, ਔਰ ਪ੍ਰੋਟੋਕੋਲ ਆਫਿਸਰ ਜਿਹੜੇ ਨੇ ਸਿਕਿਉਰਿਟੀ ਦੇ ਪ੍ਰਬੰਧ ਨੂੰ ਵਧੀਆ ਕਰਨ ਦੇ ਲਈ ਉਹ ਨਾਲ ਜਾਣ। ਇਹ ਵੀ ਤਜਵੀਜ਼ ਭਾਰਤ ਪੱਖੋਂ ਰੱਖੀ ਗਈ ਹੈ, ਲੇਕਿਨ ਪਾਕਿਸਤਾਨ ਨੇ ਇਹਦੇ ਉੱਤੇ ਮਨਜ਼ੂਰੀ ਹਜੇ ਨਹੀਂ ਦਿੱਤੀ ਹੈ। ਨੈਕਸਟ ਮੀਟਿੰਗ ਦੇ ਵਿੱਚ ਇਹ ਜਿਹੜੀ ਤਜਵੀਜ਼ ਭਾਰਤ ਪੱਖੋਂ ਰੱਖੀ ਗਈ ਹੈ ਉਹ ਸਾਹਮਣੇ ਆਏਗੀ, ਜਾਂ ਪਾਕਿਸਤਾਨ ਇਹਨੂੰ ਮਨਜ਼ੂਰ ਕਰੇਗਾ ਕਿ ਨਹੀਂ ਕਰੇਗਾ, ਇਹਦੇ ਉੱਤੇ ਹਜੇ ਵੀ ਜਿਹੜਾ ਪਰਦਾ ਹੈਗਾ ਉਹ ਨਹੀਂ ਉੱਠਿਆ। ਇਹ ਜਿਹੜੀ ਧੁੰਦਲੀ ਪਈ ਹੋਈ ਤਸਵੀਰ ਹੈ ਇਹ ਅਜੇ ਸਾਫ਼ ਨਹੀਂ ਹੋਈ ਹੈ, ਲੇਕਿਨ ਉਹਦੀ ਵੀ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਸਭ ਤੋਂ ਅਹਿਮ ਵਿਸ਼ਾ ਜਿਹੜਾ ਅੱਜ ਮੈਂ ਲੈ ਕੇ ਆਉਣ ਵਾਲਾ, ਜਿਹਦੇ ਉੱਤੇ ਸਾਨੂੰ ਲੋੜ ਸੀਗੀ ਗੱਲ ਕਰਨ ਦੀ, ਮੈਨੂੰ ਲੱਗਦਾ ਸੀਗਾ ਕਿ ਇਸ ਮੰਚ ਦੇ ਉੱਤੇ ਉਸ ਮਸਲੇ ਦੇ ਉੱਤੇ ਵੀ ਵਿਚਾਰ ਕੀਤਾ ਜਾ ਸਕੇ। ਔਰ ਤੁਸੀਂ ਕੀ ਸਮਝਦੇ ਹੋ ਔਰ ਤੁਹਾਨੂੰ ਕੀ ਲੱਗਦਾ, ਮੈਂ ਚਾਹੁੰਦਾ ਕਿ ਤੁਸੀਂ ਵੀ ਆਪਣੇ ਕਾਲ ਕਰਕੇ ਅੱਜ ਇਸ ਦੇ ਉੱਤੇ ਵਿਚਾਰ ਜ਼ਰੂਰ ਰੱਖੋ। ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਇਹ ਹਮੇਸ਼ਾ ਤਰਾਸਦੀ ਰਹੀ ਹੈ ਸਾਡੀ ਅਤੇ ਸਾਡੀ ਕੌਮ ਦੀ ਅਤੇ ਪੰਜਾਬ ਦੀ, ਕਿ ਜਦ ਵੀ ਕੋਈ ਲੀਡਰ ਉਭਰ ਕੇ ਸਾਹਮਣੇ ਆਇਆ ਜਾਂ ਤਾਂ ਸਮੇਂ ਦੀਆਂ ਸਰਕਾਰਾਂ ਨੇ ਉਹਨੂੰ ਥੱਲੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਉਹਨੂੰ ਉਹਦੀ ਆਵਾਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਕਈ ਸਾਰੇ ਲੀਡਰ ਜਿਹੜੇ ਨੇ ਉਹ ਸਾਨੂੰ ਯਾਦ ਹੈ, ਜਦ ਉਹਨਾਂ ਨੇ ਪੰਜਾਬ ਦੀ ਗੱਲ ਨੂੰ ਚੱਕਿਆ, ਕੌਮ ਦੀ ਗੱਲ ਨੂੰ ਚੱਕਿਆ, ਇਹ ਸਿਰਫ ਆਜ਼ਾਦੀ ਤੋਂ ਬਾਅਦ ਹੀ ਨਹੀਂ ਸਗੋਂ ਆਜ਼ਾਦੀ ਤੋਂ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ। ਸਰਦਾਰ ਊਧਮ ਸਿੰਘ ਵਰਗੇ, ਸਰਦਾਰ ਭਗਤ ਸਿੰਘ ਵਰਗੇ, ਜਿਨ੍ਹਾਂ ਨੇ ਸਿਰਫ ਦੇਸ਼ ਅਤੇ ਕੌਮ ਦੇ ਖਾਤਰ ਆਪਣੀ ਜਾਨ ਨੂੰ ਨਿਛੋਵਰ ਕੀਤਾ ਔਰ ਆਪਣੀ ਜਾਨ ਤੱਕ ਦੇ ਦਿੱਤੀ, ਸਿਰਫ ਉਹ ਚਾਹੁੰਦੇ ਸੀਗੇ ਕਿ ਅਸੀਂ ਇੱਕ ਗੱਲ ਚਾਹੁੰਦੇ ਹਾਂ, ਉਹ ਚਾਹੁੰਦੇ ਹਾਂ ਆਜ਼ਾਦੀ, ਭਾਵੇਂ ਭਾਰਤ ਦੀ ਆਜ਼ਾਦੀ ਹੋਏ, ਭਾਵੇਂ ਸਿੱਖ ਕੌਮ ਨੂੰ ਇਸ ਆਬੋ ਹਵਾ ਦੇ ਵਿੱਚ ਰਹਿਣ ਦੀ ਆਜ਼ਾਦੀ ਹੋਏ। ਤਾਂ ਮੈਨੂੰ ਲੱਗਦਾ ਕਿ ਅਜਿਹੇ ਕਈ ਲੀਡਰ ਆਉਂਦੇ ਹਨ ਪਰ ਤਰਾਸਦੀ ਹੈ, ਭਾਵੇਂ ਤੁਸੀਂ ਜਿੰਨੇ ਮਰਜ਼ੀ ਇਮਾਨਦਾਰ ਹੋ ਜਾਵੋ, ਲੇਕਿਨ ਤੁਹਾਨੂੰ ਜਿਹੜੇ ਦੀ ਸਮੇਂ ਦੀਆਂ ਸਰਕਾਰਾਂ ਹਨ, ਸਿਆਸਤਦਾਨ ਹਨ, ਉਹ ਨਹੀਂ ਜੀਣ ਦਿੰਦੇ। ਅਤੇ ਜੇਕਰ ਅਸੀਂ ਕੋਈ ਲੀਡਰ ਚੁਣਦੇ ਵੀ ਹਾਂ ਕਿ ਹਾਂ ਯਾਰ ਇਹ ਸਾਡਾ ਲੀਡਰ ਹੈਗਾ, ਇਹ ਸਾਡੇ ਕੌਮ ਨੂੰ ਸਾਂਭੇਗਾ, ਇਹ ਸਾਡੇ ਦੇਸ਼ ਨੂੰ ਸਾਂਭੇਗਾ, ਇਹ ਸਾਡੇ ਸੂਬੇ ਨੂੰ ਸਾਂਭੇਗਾ, ਤਾਂ ਉਹਨਾਂ ਨੂੰ ਜਾਂ ਤਾਂ ਉਹਨਾਂ ਦੀ ਗੱਲਾਂ ਨੂੰ ਖਤਮ ਕਰ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਆਪ ਵੀ ਖਤਮ ਕਰ ਦਿੱਤਾ ਜਾਂਦਾ ਇਸ ਦੁਨੀਆ ਤੋਂ। ਇਹ ਹੋਇਆ, ਔਰ ਉਦਾਹਰਣ ਦੇ ਤੌਰ 'ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਜਿਨ੍ਹਾਂ ਨੇ ਦੇਸ਼ ਦੇ ਲਈ, ਜਿਨ੍ਹਾਂ ਨੇ ਸਭ ਤੋਂ ਜ਼ਰੂਰੀ ਕੌਮ ਦੇ ਲਈ ਔਰ ਪੰਜਾਬ ਸੂਬੇ ਦੇ ਲਈ ਆਪਣੀ ਆਵਾਜ਼ ਨੂੰ ਬੁਲੰਦ ਕੀਤਾ, ਤਾਂ ਤੁਸੀਂ ਉਹ ਧਾਕਾ ਦੇਖਿਆ ਹੀ ਸੀਗਾ ਕਿ 1984 ਦੇ ਵਿੱਚ ਕੀ ਕੁਝ ਹੋਇਆ ਸੀਗਾ, ਅਤੇ ਮੈਨੂੰ ਉਹ ਗੱਲ ਯਾਦ ਕਰਵਾਉਣ ਦੀ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਹੁਣ ਕੋਈ ਪੰਜਾਬ ਦੇ ਵਿੱਚ ਲੀਡਰ ਆਏਗਾ, ਪੰਜਾਬ ਦੇ ਹਾਲਾਤਾਂ ਨੂੰ ਸੁਧਾਰੇਗਾ ਔਰ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦੇ ਵੱਲ ਲੈ ਕੇ ਜਾਏਗਾ। ਤਾਂ ਸਮੇਂ ਦੀਆਂ ਸਰਕਾਰਾਂ ਆਈਆਂ, ਪਰ ਜੇਕਰ ਸਭ ਤੋਂ ਜ਼ਿਆਦਾ ਅਗਰ ਕੋਈ ਸਾਹਮਣੇ ਆਇਆ ਤਾਂ ਰਿਵਾਇਤੀ ਪਾਰਟੀਆਂ ਸਾਹਮਣੇ ਆਈਆਂ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਜਿਹਦੇ ਵਿੱਚ ਕਾਂਗਰਸ, ਔਰ ਮੈਂ ਕਹਾਂ ਅਗਰ ਬੈਕਫੁੱਟ 'ਤੇ ਰਹੀ BJP, ਤਾਂ ਇਹ ਤਿੰਨਾਂ ਪਾਰਟੀਆਂ ਨੇ ਆਪਣਾ ਜ਼ੋਰ ਵਿਖਾਇਆ, ਲੇਕਿਨ ਕਾਮਯਾਬ ਰਿਵਾਇਤੀ ਪਾਰਟੀਆਂ ਹੀ ਹੋਈਆਂ। ਉਹਨਾਂ ਵਿੱਚੋਂ ਸਭ ਤੋਂ ਅੱਗੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਹੋਇਆ, ਲੀਡਰ ਨਿਕਲੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਸਾਂਭਿਆ ਪੰਜਾਬ ਨੂੰ ਕਈ ਸਮੇਂ ਤੱਕ। ਔਰ ਜਦ ਗੱਲ ਆਈ ਕੌਮ ਨੂੰ ਇਕੱਠਾ ਕਰਨ ਦੀ, ਔਰ ਜਦ ਕੋਈ ਵੀ ਲੀਡਰ ਨਿਕਲ ਕੇ ਸਾਹਮਣੇ ਆਇਆ ਤਾਂ ਉਹਦੀ ਆਵਾਜ਼ ਨੂੰ ਖਤਮ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬਣੇ, ਫਿਰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਆਈ। ਤਾਂ ਹਾਲ ਫਿਲਹਾਲ ਦੇ ਵਿੱਚ ਮੈਂ ਜ਼ਿਆਦਾ ਪਿੱਛੇ ਨਾ ਜਾ ਕੇ, ਜੇਕਰ ਮੈਂ ਹੁਣੇ ਹੀ 2-3 ਸਾਲਾਂ ਦੀ ਗੱਲ ਕਰਾਂ, ਤਾਂ ਕਈ ਸਾਰੇ ਮਸਲੇ ਕੌਮ ਦੇ ਸਾਹਮਣੇ ਆਏ। ਸਰਬੱਤ ਖਾਲਸਾ ਬਣਿਆ, ਜਿਹਦੇ ਵਿੱਚ ਹੁੰਮਾ ਕੇ ਵਿਸ਼ਵ ਤੋਂ ਪੈਰੋਕਾਰ ਜਿਹੜੇ ਸੀਗੇ ਵੱਖ ਵੱਖ ਸੰਸਥਾਵਾਂ ਦੇ, ਉਹ ਉੱਥੇ ਪਹੁੰਚੇ ਸੀਗੇ।
लेकिन उन्हों भी खत्म करने की रवायत जी शुरू हो गई। तो कहने का भाव है कि कौम को इकट्ठा नहीं होने दिता गया। अकाल तख्त साहिब के जथेदारा बाहर के मुल्कों के रेंदे यानी कि तुसी उन्होंने नहीं मनिया क्योंकि जिस तरीके दे ओ डिसीजनस लेंदे सीगे वो सानू मंजूर नहीं सीगे और असी उन्होंने हरी झंडी नहीं देंदे सीगे जिस करके जगतार सिंह हवारा होरां नू जथेदार सौंपिया गया उन्होंने अकाल तख्त साहिब का जथेदार मनाया गया। ऐ ते रही जब कौम के उत्ते कोई भी त्रासदी आई तो यह डिसीजन जड़े ने वो लेने पे लेकिन हाल फिलहाल दे विच बैबल कला गोलीकांड होया बेदबी के मामले होए सब कुछ चीज़ा जड़ियाँ समय के आदि रही लेकिन जोड़ा भी लीडर वो अगवाई करना चाहता सगा ज उन्हें अगवाई की उन्होंने या तो गद्दार घोषित करता या उन्होंने पैसे खुवाते या उन्होंने मूँह बंद कराता या वो उत्ते कोई एक अजिहा प्रैशर क्रिएट करता कि वो अपनी आवाज़ को बुलंद नहीं कर सकिया। हुण जब मैं पंजाब के भविख की गल करदा जब मैं पंजाब की पॉलिटिक्स की गल करदा पंजाब की सियासत की गल करदा सब तो अगे अगर कोई अपनी आवाज़ को जिन्हें बुलंद किया पंजाब के खातिर और पंजाब के मसलों चक्कण की जिन्हें तजवीज़ रखी वो तुसी भी जानते हो कौन सीगा लेकिन अजकल वो कित्थे ने की होया उन्हां दे नाल क्यों नहीं वो हुण खबरां दे विच लाइमलाइट हो रहे कि वाकई ही उन्हां दे उत्ते कोई प्रैशर क्रिएट किया गया है कित्थे गए वो लीडर जो कि हमेशा उन्होंने कोसदे सीगे अजकल वो भी नज़र नहीं आ रहे। जी हाँ मैं गल कर रहा जिन्होंने क्रिकेट के मैदान के उत्ते छक्के छुड़ाए अपने ओपोनेंट्स के विरोधी धिरां दे लेकिन जदों सियासत दे विच आए तो उन्होंने यह कसर इत्थे भी नहीं छड्डी भावें जिस पार्टी दे विच रहे लेकिन उन्होंने हमेशा गल पंजाब ते पंजाबीयत दी कीती और कई सारे उन्होंने रेजिग्नेशन जिहड़े ने पंजाब दे खातिर दित्ते। पिच दे उत्ते अपना बल्ला उठाण वाले क्रिकेट दे मैदान दे विच और सियासी मैदान दे विच अपनी गल रखण वाले नवजोत सिंह सिद्धू कित्थे गायब हो गए किस पासे चले गए। सवाल इत्थे वड्डा है बनता है कि नवजोत सिंह सिद्धू ने जब अपनी मिनिस्ट्री छड्डी जब उन्होंने रिजाइन दिता बकायदा तौर के उत्ते तो लोगों ने कहा कि बहुत वड्डा फैसला है पंजाब अते पंजाबीयत की गल करते हुए नवजोत सिंह सिद्धू नज़र आते हैं इसलिए इन्होंने मिनिस्ट्री नू भी दांव ते रखता और इन्होंने मिनिस्ट्री भी कहती कि मैनू नहीं चाहिए। लेकिन हुण सवाल वड्डा इत्थे बनता है कि जिन्हां लोगों ने नवजोत सिंह सिद्धू के उत्ते भरोसा किया जो कि नवजोत सिंह सिद्धू नू दिल तो प्यार करते हैं जो कि नवजोत सिंह सिद्धू नू पंजाब का सीएम वेखना चाहते सन जो कि नवजोत सिंह सिद्धू नू आने वाली पीढ़िया सामण की गल करते सन और देखना चाहते सन वो अज आ पुछ रहे ने कित्थे गया मास्टर ब्लास्टर कित्थे गया वह सिद्धू जो कि पंजाब की गल करता सीगा। खबरां सुनन नू मिलियां कि हाल फिलहाल दे विच वो अपने वर्करां नू मिल के आए सीगे उन्होंने एक मीटिंग रखी सीगी। हाल फिलहाल दे विच यह भी खबर सुनन नू आई कि नवजोत सिंह सिद्धू चुपचाप इस करके बैठे हैं क्योंकि कैप्टन अमरिंदर सिंह दी मीटिंग हुई राहुल गांधी होरां दे नाल और राहुल गांधी होरां ने प्रियंका गांधी होरां ने हजे नवजोत सिंह सिद्धू नू मौन वर्त रखन लई कहा कि तुसी अजे मौन वर्त रखो तुहानू नहीं बोलना। लेकिन आखिरकार अज ही की स्थिति क्रिएट हो गई कि नवजोत सिंह सिद्धू जो कि इन्ना बोलते सीगे और अपनी गल नू वधिया तरीके दे नाल मंच दे उत्ते रखते सीगे अज उन्हां दी आवाज़ नू भी बंद कर दिता गया और इस गल दे विच कोई दरावा नहीं कि नवजोत सिंह सिद्धू नज़र ही नहीं आ रहे कि कौम उन्हां दे उत्ते कि पंजाबी उन्हां दे उत्ते कि पंजाब दे चाहवान उन्हां दे उत्ते विश्वास मुड़ तो कर सकते हन कि नवजोत सिंह सिद्धू वापस आउणगे और उसी एग्रेसिव तरीके नाल वापस आउणगे जिस तरीके नाल वो छड़ के गए सीगे कि नवजोत सिंह सिद्धू पंजाब अते पंजाबीयत दी गल करदे हुए नज़र आउणगे कि नवजोत सिंह सिद्धू मुड़ तो कोई अज ही गल रखणगे जिहदे नाल वाकई ही लगदा होवेगा कि नहीं नवजोत सिंह सिद्धू अज भी उत्थे ही खड़े जिथे खड़ा हुंदा सीगा। मैं दर्शकों की जानकारी लई यह गल जरूर दस देवां खबर यह भी आई है सियासी पंडितों तो कि नवजोत सिंह सिद्धू को एक वड्डा फैसला
ਲੈ ਸਕਦੇ ਹਨ। ਜੇਕਰ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡਦੇ ਹਨ ਤਾਂ ਉਹਨਾਂ ਦੇ ਕੋਲ ਫਿਰ ਕੀ ਵਿਕਲਪ ਹੈ? ਅਗਰ ਉਸ ਵਿਕਲਪ ਦੇ ਵਿੱਚ ਅਗਰ ਬੀਜੇਪੀ ਹੈ ਤਾਂ ਫਿਰ ਉਹ ਬੀਜੇਪੀ ਛੱਡ ਕੇ ਕਾਂਗਰਸ ਦੇ ਵਿੱਚ ਕਿਉਂ ਆਏ ਸੀਗੇ? ਜੇਕਰ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਬਣਾਉਂਦੇ ਹਨ ਕਿ ਉਹਨਾਂ ਦੀ ਪਾਰਟੀ ਸੁਖਪਾਲ ਖਹਿਰਾ ਵਰਗੀ ਪਾਰਟੀ, ਜੋ ਕਿ ਸੁਖਪਾਲ ਖਹਿਰਾ ਨੇ ਵੀ ਆਪਣੀ ਪਾਰਟੀ ਬਣਾਈ ਸੀਗੀ ਪੰਜਾਬ ਏਕਤਾ ਪਾਰਟੀ, ਕਿ ਉਸ ਹਿਸਾਬ ਨਾਲ ਉਹ ਵੀ ਖੇਰੂ ਹੋ ਜਾਏਗੀ? ਕਿ ਨਵਜੋਤ ਸਿੰਘ ਸਿੱਧੂ ਇਕੱਲੇ ਸਾਰਿਆਂ ਨੂੰ ਜੋੜ ਕੇ, ਲਾਈਕ ਮਾਈਂਡਡ ਲੋਕਾਂ ਨੂੰ ਨਾਲ ਜੋੜ ਕੇ ਅੱਗੇ ਆਉਂਦੇ ਹਨ ਕਿ ਪੰਜਾਬ ਬਰਦਾਸ਼ਤ ਕਰੇਗਾ, ਉੱਥੇ ਰਹਿੰਦੇ ਹੋਏ ਲੋਕ ਬਰਦਾਸ਼ਤ ਕਰਨਗੇ? ਅਗਰ ਉਹ ਬਰਦਾਸ਼ਤ ਕਰ ਵੀ ਲੈਂਦੇ ਹਨ ਕਿ ਰਵਾਇਤੀਆਂ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਨੂੰ ਜਾਂ ਫਿਰ ਉਹਨਾਂ ਦੇ ਲੋਕਾਂ ਨੂੰ ਸਾਹਮਣੇ ਲੈ ਕੇ ਤੁਰੇਗੀ ਜਾਂ ਫਿਰ ਲੋਕਾਂ ਦੇ ਵਿੱਚ ਉਹਨਾਂ ਨੂੰ ਪ੍ਰੈਜੈਂਸ ਬਣਾਉਣ ਦੀ ਕੋਸ਼ਿਸ਼ ਕਰੇਗੀ? ਵੱਡੇ ਸਵਾਲ ਬਣਦੇ ਹਨ। ਇਹ ਅਜਿਹਾ ਮੁੱਦਾ ਸੀਗਾ, ਅਜਿਹਾ ਮਸਲਾ ਸੀਗਾ ਜਿਨ੍ਹਾਂ ਦੇ ਉੱਤੇ ਕੋਈ ਵੀ ਮੀਡੀਆ ਗੱਲ ਨਹੀਂ ਕਰ ਰਿਹਾ। ਜਦ ਨਵਜੋਤ ਸਿੰਘ ਸਿੱਧੂ ਬੋਲਦਾ ਸੀਗਾ ਤਾਂ ਉਹਨੂੰ ਹਰ ਕੋਈ ਕੈਪਚਰ ਕਰਦਾ ਸੀਗਾ। ਜਦ ਅੱਜ ਨਵਜੋਤ ਸਿੰਘ ਸਿੱਧੂ ਨਹੀਂ ਬੋਲ ਰਿਹਾ ਤਾਂ ਉਹਨੂੰ ਕੋਈ ਵੀ ਕੈਪਚਰ ਨਹੀਂ ਕਰ ਰਿਹਾ। ਲੇਕਿਨ ਜਸ ਪੰਜਾਬੀ ਦਾ ਮੰਚ ਉਹਨਾਂ ਸਾਰੇ ਛੱਡੇ ਹੋਏ ਇਸ਼ੂਜ਼ ਨੂੰ ਲੈ ਕੇ ਆਉਂਦਾ ਔਰ ਇਸ ਮੰਚ ਦੇ ਉੱਤੇ ਰੱਖਦਾ, ਕਿਉਂਕਿ ਅਸੀਂ ਮਸਲਾ ਨਹੀਂ ਬਣਾਉਂਦੇ, ਅਸੀਂ ਬਣਾਉਂਦੇ ਹਾਂ ਮੁੱਦਾ। ਔਰ ਇਸੇ ਦੇ ਉੱਤੇ ਕਰਾਂਗੇ ਅੱਜ ਵਿਚਾਰ ਵਟਾਂਦਰਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਸਿਆਸੀ ਪਿੱਚ ਦੇ ਵਿੱਚ ਛੱਕੇ ਛੁਡਾਉਣ ਵਾਲੇ ਨਵਜੋਤ ਸਿੰਘ ਸਿੱਧੂ ਕਹਿ ਸਕਦੇ ਹਾਂ ਕਿ ਬੋਲਡ ਆਊਟ ਹੋ ਗਏ ਜਾਂ LBW ਹੋ ਗਏ ਜਾਂ ਫਿਰ ਉਹਨਾਂ ਦੀ ਉਹਨਾਂ ਨੇ ਛੱਕਾ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਅਤੇ ਬੋਲ ਉਹਨਾਂ ਦੀ ਫੜ ਹੋ ਗਈ ਬਾਉਂਡਰੀ ਦੇ ਉੱਤੇ, ਜਾਂ ਫਿਰ ਉਹ ਖੁਦ ਹੀ ਹਿੱਟ ਵਿਕਟ ਹੋ ਗਏ, ਜਾਂ ਫਿਰ ਪਿੱਛੇ ਜਿਹੜਾ ਕੀਪਰ ਖੜਿਆ ਸੀਗਾ ਉਹਨੇ ਬੋਲ ਨੂੰ ਫੜ ਲਿਆ, ਜਾਂ ਫਿਰ ਬੋਲਡ ਆਊਟ ਹੋ ਗਏ। ਬੜੇ ਸਾਰੇ ਤਮਾਮ ਸਵਾਲ ਬਣਦੇ ਹਨ ਕਿ ਉਹਨਾਂ ਦੀ ਚੌਕਾ ਮਾਰ ਰਹੇ ਸੀਗੇ ਲੇਕਿਨ ਸਲਿਪ ਦੇ ਉੱਤੇ ਜਾ ਕੇ ਉਹਨਾਂ ਦੀ ਕੈਚ ਫੜ ਲਈ ਗਈ। ਕਿਉਂਕਿ ਮੈਂ ਇਸ ਗੱਲ ਨੂੰ ਇਸ ਕਰਕੇ ਕਹਿ ਰਿਹਾ, ਕਈ ਸਾਰੇ ਸਿਆਸੀ ਪੰਡਿਤ ਇਹ ਵੀ ਕਹਿੰਦੇ ਹਨ ਕਿ ਈਗੋ ਟਸਲ ਬਹੁਤ ਹੈਗੀ ਹੈ ਨਵਜੋਤ ਸਿੰਘ ਦੇ ਅੰਦਰ। ਉਹ ਅਗਰ ਕਿਸੇ ਗੱਲ ਦੇ ਉੱਤੇ ਅੜ ਗਏ ਤਾਂ ਅੜ ਜਾਂਦੇ ਨੇ, ਫਿਰ ਉਹ ਗੱਲ ਨੂੰ ਈਗੋ ਦੇ ਉੱਤੇ ਲੈ ਜਾਂਦੇ ਹਨ। ਸਿਆਸੀ ਪੰਡਿਤ ਇਹ ਵੀ ਕਹਿੰਦੇ ਹਨ ਕਿ ਤੁਹਾਡੀ ਈਗੋ ਠੀਕ ਹੈ, ਤੁਹਾਡਾ ਮੰਨਿਆ ਕਿ ਤੁਸੀਂ ਈਗੋਸਟਿਕ ਬੰਦੇ ਹੈਗੇ ਹੋ, ਲੇਕਿਨ ਉਹਨਾਂ ਪੰਜਾਬ ਦੇ ਵੋਟਰਾਂ ਦਾ ਕੀ ਜਿਨ੍ਹਾਂ ਨੇ ਤੁਹਾਨੂੰ ਵੋਟ ਦਿੱਤਾ ਸੀਗਾ? ਉਹਨਾਂ ਦਾ ਕੀ ਜੋ ਤੁਹਾਡੇ ਉੱਤੇ ਆਸ ਲਗਾਉਂਦੇ ਹਨ? ਉਹਨਾਂ ਦਾ ਕੀ ਜੋ ਤੁਹਾਨੂੰ ਇੱਕ CM ਵੇਖਦੇ ਹਨ, CM ਦੇ ਰੂਪ ਦੇ ਤੁਹਾਨੂੰ ਪੰਜਾਬ ਦਾ ਵੇਖਦੇ ਹਨ? ਉਹਨਾਂ ਦਾ ਕੀ ਜੋ ਕਿ ਵਾਕਈ ਹੀ ਸੋਚਦੇ ਹਨ ਕਿ ਸਿੱਧੂ ਵਚਨਬੰਦ ਹੈ, ਇਮਾਨਦਾਰ ਹੈ, ਅਸੀਂ ਇਹਨੂੰ ਸਪੋਰਟ ਕਰਦੇ ਹਾਂ? ਕੀ ਇਹ ਈਗੋ ਉੱਥੇ ਕੰਮ ਆਉਣੀ ਚਾਹੀਦੀ ਹੈ ਕਿ ਵਾਕਈ ਹੀ ਸਿੱਧੂ ਨੂੰ ਵਚਨਬੰਦ ਹੋਣਾ ਚਾਹੀਦਾ ਹੈ ਅਗਰ ਉਹ ਆਪਣੀ ਗੱਲ ਦੇ ਉੱਤੇ ਸਟੈਂਡ ਲੈਂਦੇ ਹਨ ਕਿ ਮੈਂ ਪੰਜਾਬ ਨੂੰ ਛੱਡ ਕੇ ਨਹੀਂ ਜਾਵਾਂਗਾ? ਕੀ ਲੱਗਦਾ ਕਿ ਵਾਕਈ ਹੀ ਉਹਨਾਂ ਦੀ ਹਾਈ ਕਮਿਸ਼ਨ ਦੇ ਨਾਲ ਕੋਈ ਗੱਲ ਚੱਲ ਰਹੀ ਹੈ ਜਾਂ ਕੋਈ ਵੱਡਾ ਕੋਈ ਅਸਾਈਨਮੈਂਟ ਉਹ ਹਾਈ ਕਮਿਸ਼ਨ ਦਾ ਕਾਂਗਰਸ ਦਾ ਲੈਣਗੇ ਜਿਸ ਕਰਕੇ ਹੁਣ ਉਹ ਚੁੱਪ ਬੈਠੇ ਹੋਏ ਹਨ, ਪੰਜਾਬ ਅਤੇ ਪੰਜਾਬੀਅਤ ਦੀ ਗੱਲ ਨਹੀਂ ਕਰ ਰਹੇ? ਕੀ ਲੱਗਦਾ ਕਿ ਉਹਨਾਂ ਦੀ ਧਰਮ ਪਤਨੀ ਉਹਨਾਂ ਨੂੰ ਮਰਵਾ ਗਈ, ਕੈਚ ਆਊਟ ਕਰਵਾ ਗਈ? ਕੀ ਲੱਗਦਾ ਕਿ ਜਿਹੜੀ ਈਗੋ ਟਸਲ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈ ਉਹਨਾਂ ਦਾ ਸਿਆਸੀ ਭਵਿੱਖ ਨੂੰ ਵੀ ਖਤਮ ਕਰ ਦੇਵੇਗੀ? ਇਹ ਤਮਾਮ ਸਵਾਲ ਬਣਦੇ ਹਨ। ਇਹਨਾਂ ਸਵਾਲਾਂ ਦੇ ਉੱਤੇ ਚਾਨਣ ਪਾਉਣ ਦੇ ਲਈ ਮੇਰੇ ਨਾਲ ਡਾਕਟਰ ਸੁਰਿੰਦਰ ਸਿੰਘ ਗਿੱਲ ਮੌਜੂਦ ਹਨ, ਸਿੱਖਸ ਆਫ ਅਮੈਰੀਕਾ ਦੇ ਡਾਇਰੈਕਟਰ ਹਨ। ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਸ਼ੋਅ ਦੇ ਉੱਤੇ। ਡਾਕਟਰ ਸਾਹਿਬ ਜੀ ਆਇਆਂ ਨੂੰ ਅੱਜ ਦੇ ਮੁੱਦੇ ਦੇ ਉੱਤੇ। ਹਰਕੇਸ਼ ਜੀ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇ ਸਾਰੇ ਵਿਊਅਰ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਹਾਂਜੀ, ਤੁਸੀਂ ਜੋ ਗੱਲਾਂ ਕਹੀਆਂ ਮੈਂ ਸੁਣੀਆਂ ਏ ਨਵਜੋਤ ਸਿੰਘ ਸਿੱਧੂ ਦੇ ਬਾਰੇ, ਇਸ ਬਾਰੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਸਿੱਧੂ ਕਦੇ ਵੀ ਪੰਜਾਬ ਦੇ ਹਾਸ਼ੀਏ ਤੋਂ ਆਊਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਦੀ ਸ਼ਖਸੀਅਤ, ਉਹਦੇ ਕੰਮ ਔਰ ਉਹਦਾ ਜਿਹੜਾ ਸੁਭਾਅ ਏ ਉਹਨੂੰ ਨਾ ਤਾਂ ਕੋਈ ਬਦਲ ਸਕਦਾ ਏ ਔਰ ਨਾ ਹੀ ਉਹਨੂੰ ਕੋਈ ਚੇਂਜ ਕਰ ਸਕਦਾ ਏ। ਔਰ ਇਸ ਬਾਰੇ ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਜਿਹੜੇ ਕੰਮ ਉਹਨਾਂ ਨੇ ਕੀਤੇ ਹੈ ਉਹ ਮੂੰਹ ਬੋਲ ਦੀ ਤਸਵੀਰ ਹੈ, ਚਾਹੇ ਉਹ ਮਨਿਸਟਰ ਸਨ ਔਰ ਉਹਨਾਂ ਦੀ ਮਨਿਸਟਰ ਦੇ ਟਨਿਓਰ 'ਚ ਜੋ ਕੁਝ ਉਹਨਾਂ ਨੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ। ਹੁਣ ਗੱਲ ਇੱਥੇ ਮੁੱਕਦੀ ਹੈ ਕਿ ਜੋ ਪੰਜਾਬ ਦਾ ਹਾਲ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਹੈ ਜੀ, ਉਹ ਜਿਸ ਤਰ੍ਹਾਂ ਵਿਚਰ ਰਹੇ ਹੈ ਉਹਨਾਂ ਤੋਂ ਪੰਜਾਬ ਦੀ ਜਨਤਾ ਖੁਸ਼ ਨਹੀਂ ਹੈਗੀ ਜੀ। ਡਾਕਟਰ ਸਾਹਿਬ, ਇਸ ਗੱਲ ਦੇ ਉੱਤੇ ਵੀ ਮੈਂ ਜ਼ਰੂਰ ਆਵਾਂਗਾ ਕਿ ਪੰਜਾਬ ਦੇ ਵਿੱਚ ਰਹਿੰਦੇ ਹੋਏ ਲੋਕ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਰਫੋਰਮੈਂਸ ਤੋਂ ਖੁਸ਼ ਨਹੀਂ ਹਨ ਔਰ ਸੱਤ ਸਮੁੰਦਰ ਪਾਰ ਬੈਠੇ ਵੀ ਸਾਡੇ NRI ਭਰਾ ਖੁਸ਼ ਨਹੀਂ ਹਨ, ਕਿਉਂਕਿ ਜਦ ਪੰਜਾਬ ਦੇ ਉੱਤੇ ਤਰਾਜ਼ਦੀ ਆਈ, ਜਦ ਇਹ ਹੜ੍ਹ ਆਇਆ ਤਾਂ ਉਹ ਤਸਵੀਰ ਦਿਖ ਗਈ ਸੀਗੀ ਸਾਹਮਣੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਕੀ ਸਟੈਂਡ ਸੀਗਾ ਔਰ ਉਹਨਾਂ ਨੇ ਕੀ ਕੀਤਾ। ਖੈਰ, ਉਸ ਗੱਲ ਦੇ ਉੱਤੇ ਮੈਂ ਨਹੀਂ ਆਉਣਾ ਚਾਹੁੰਦਾ ਹਜੇ ਹਾਲ ਫਿਲਹਾਲ ਦੇ ਵਿੱਚ, ਲੇਕਿਨ ਮੈਂ ਇਹ ਗੱਲ ਜ਼ਰੂਰ ਜਾਣਨਾ ਚਾਹੁੰਦਾ ਕਿ
ਕੈਪਟਨ ਅਮਰਿੰਦਰ ਸਿੰਘ ਨਹੀਂ ਤੇ ਦੂਜਾ ਵਿਕਲਪ ਨਵਜੋਤ ਸਿੰਘ ਸਿੱਧੂ ਨੂੰ ਲੋਕ ਢੂੰਡ ਰਹੇ ਸੀਗੇ, ਲੇਕਿਨ ਉਹ ਆਪਣੀ ਈਗੋ ਦੇ ਕਾਰਨ ਉਹ ਖੁਦ ਚੁੱਪ ਹੋ ਕੇ ਬਹਿ ਗਏ, ਸਾਹਮਣੇ ਨਹੀਂ ਆ ਰਹੇ, ਕੋਈ ਬਿਆਨ ਨਹੀਂ ਦੇ ਰਹੇ, ਨਾ ਕੋਈ ਕੌਨਫੀਡੈਂਸ ਲੈਵਲ ਉਹ ਪੈਦਾ ਸਾਡੇ ਤੇ ਤੁਹਾਡੇ ਵਿੱਚ ਕਰ ਪਾ ਰਹੇ ਹਨ, ਤਾਂ ਕਿ ਅਸੀਂ ਸਮਝੇ ਕਿ ਨਹੀਂ ਯਾਰ ਅਗਰ ਕੈਪਟਨ ਅਮਰਿੰਦਰ ਸਿੰਘ ਨਹੀਂ ਹੈ ਤਾਂ ਸਾਡੇ ਲਈ ਨਵਜੋਤ ਸਿੰਘ ਸਿੱਧੂ ਹੈ। ਮੈਂ ਬਿਲਕੁਲ ਹਰਕੀਰਤ ਜੀ ਤੁਹਾਡੇ ਨਾਲ ਸਹਿਮਤ ਹੈ। ਚੱਕਰ ਇਹ ਕਿ ਕਾਂਗਰਸ ਜਿਹੜੀ ਹੈ ਇੱਕ ਅਨੁਸ਼ਾਸਨ ਵਾਲੀ ਪਾਰਟੀ ਹੈ ਔਰ ਜਿਹਦਾ ਪੱਤਾ ਜਿਹੜਾ ਹੈ ਉਹ ਦਿੱਲੀ ਤੋਂ ਹਿਲਦਾ ਹੈ ਔਰ ਇਸ ਗੱਲ ਬਾਰੇ ਤੁਹਾਨੂੰ ਵੀ ਪਤਾ ਹੋਏਗਾ ਔਰ ਜਨਤਾ ਨੂੰ ਵੀ ਪਤਾ ਹੋਏਗਾ ਕਿ ਰਾਹੁਲ ਗਾਂਧੀ ਦੇ ਔਰ ਗਾਂਧੀ ਪਰਿਵਾਰ ਦੇ ਬੜੇ ਅਹਿਸਾਨ ਨੇ ਮਹਾਰਾਜਾ ਪਟਿਆਲਾ ਦੇ ਔਰ ਉਹਨਾਂ ਅਹਿਸਾਨਾਂ ਕਰਕੇ ਉਹ ਕੋਈ ਵੀ ਐਕਸ਼ਨ ਮਹਾਰਾਜਾ ਦੇ ਖਿਲਾਫ ਨਹੀਂ ਕਰਨਗੇ ਔਰ ਇਹਨੂੰ ਇਸ ਤਰ੍ਹਾਂ ਹੀ ਝੇਲਦੇ ਰਹਿਣਗੇ ਜਿਸ ਕਰਕੇ ਪੰਜਾਬ ਦੀ ਜਨਤਾ ਜਿਹੜੀ ਹੈ ਉਹਦੇ ਵਿੱਚ ਤਰਾਸਦੀ ਬਣੀ ਰਹੇਗੀ। ਡਾਕਟਰ ਸਾਹਿਬ ਥੋੜਾ ਜਿਹਾ ਐਲੈਬੋਰੇਟ ਕਰੋਗੇ ਕਿ ਕਿਸ ਕਿਹੜੇ ਉਹਨਾਂ ਦੇ ਉੱਤੇ ਅਹਿਸਾਨ ਨੇ? ਅਹਿਸਾਨ ਸਭ ਤੋਂ ਵੱਡਾ ਇਹ ਹੈ ਜੀ 1984 ਵੇਲੇ ਜਦੋਂ ਰਾਹੁਲ ਗਾਂਧੀ ਛੋਟੇ ਸੀ ਔਰ ਸੋਨੀਆ ਗਾਂਧੀ ਸੀ ਔਰ ਪ੍ਰਿਯੰਕਾ ਜੀ ਹੀ ਇਹ ਆ ਕੇ ਮੋਤੀ ਬਾਗ ਰਹਿੰਦੇ ਰਹੇ ਆ ਔਰ ਇਹਦੀ ਖਬਰ ਮੇਰਾ ਖਿਆਲ ਆ ਵੀ ਸ਼ਾਇਦ ਹੀ ਬਾਹਰ ਹੋਵੇ। ਇਹ ਛੁੱਟੀਆਂ ਕੱਢਦੇ ਹੀ ਮਹੀਨਾ ਮਹੀਨਾ ਇੱਥੇ ਰਹਿੰਦੇ ਰਹੇ ਸੀ। ਇਹਨਾਂ ਨੂੰ ਜਦੋਂ ਲਾਈਫ ਥ੍ਰੈਟ ਸੀ ਔਰ ਉਦੋਂ ਮਹਾਰਾਜਾ ਸਾਹਿਬ ਨੇ ਇਹਨਾਂ ਨੂੰ ਸੰਭਾਲਿਆ ਸੀ ਔਰ ਉਹ ਅਹਿਸਾਨ ਜਿਹੜਾ ਹੈ ਉਹਨਾਂ ਦੇ ਪਰਿਵਾਰ ਵਿੱਚ ਵੜਿਆ ਹੈ ਜਿਸ ਕਰਕੇ ਉਹ ਕੈਪਟਨ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਕਰਨਗੇ। ਕੈਪਟਨ ਜਿੰਨੀ ਮਰਜ਼ੀ ਗੰਦੀ ਰਾਜਨੀਤੀ ਖੇਲੇ ਔਰ ਜਿਹੜੇ ਮਰਜ਼ੀ ਉਹ ਆਪ ਉਸਦੇ ਫੈਸਲੇ ਲੈਣ। ਇਸ ਕਰਕੇ ਇੱਕੋ ਇੱਕ ਵਿਕਲਪ ਬਣਦਾ ਹੈ ਪਰ ਉਹ ਵੀ ਇਹਨਾਂ ਨੇ ਲੈਣਾ ਨਹੀਂ। ਜੇ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਦੇਣ ਤੇ ਉਹ ਪੰਜਾਬ ਵਿੱਚ ਕਾਂਗਰਸ ਦੀ ਵਿੱਚ ਜਾਨ ਪਾ ਦੇਣਗੇ, ਨਹੀਂ ਤੇ ਕਾਂਗਰਸ ਜਿਹੜੀ ਹੈ ਅਗਲੀ ਵਾਰਾ ਇਹ ਮੇਰਾ ਖਿਆਲ ਹੈ ਵੀ ਕੁਝ ਸੀਟਾਂ ਤੇ ਸਿਮਟ ਕੇ ਰਹਿ ਜਾਏਗੀ। ਇਹਦੇ ਬਾਰੇ ਮੈਂ ਤੇ ਕਹਾਂਗਾ ਕਿ ਜਨਤਾ ਨੂੰ ਉੱਠਣਾ ਚਾਹੀਦਾ ਹੈ ਔਰ ਰਾਹੁਲ ਸੋਨੀਆ ਦੇ ਉੱਤੇ ਪ੍ਰੈਸ਼ਰ ਪਾਉਣਾ ਚਾਹੀਦਾ ਹੈ ਕਿ ਨਵਜੋਤ ਸਿੰਘ ਇੱਕੋ ਇੱਕ ਸ਼ਖਸੀਅਤ ਹੈ ਜਿਹਨੂੰ ਪੰਜਾਬ ਦੀ ਜਨਤਾ ਚਾਹੁੰਦੀ ਆ ਔਰ ਇਹਨੂੰ ਕੋਈ ਨਾ ਕੋਈ ਉੱਚਾ ਅਹੁਦਾ ਦੇ ਕੇ ਜਿਹੜਾ ਹੈ ਉਹ ਨਵਾਜਣਾ ਸਮੇਂ ਦੀ ਲੋੜ ਹੈ। ਵਿਰੋਧੀ ਧਿਰ ਇਹ ਵੀ ਕਹਿੰਦੇ ਹਨ ਕਿ ਜੇ ਸਿੱਧੂ ਇੰਨਾ ਹੀ ਵਚਨਬੰਧ ਹੁੰਦਾ ਤਾਂ ਫਿਰ ਅਟੈਂਡ ਕਰਦਾ ਨਾ ਅਸੈਂਬਲੀ ਦਾ ਮੌਨਸੂਨ ਸੈਸ਼ਨ, ਉਹ ਵੀ ਉਹਨੇ ਅਟੈਂਡ ਨਹੀਂ ਕੀਤਾ। ਇਹਦਾ ਮਤਲਬ ਉਹਦੀ ਈਗੋ ਜ਼ਿਆਦਾ ਵੱਡੀ ਹੋ ਗਈ ਔਰ ਲੋਕ ਥੱਲੇ ਜਿਹੜੇ ਨੇ ਉਹ ਥੱਲੇ ਹੋ ਗਏ। ਗੱਲ ਈਗੋ ਦੀ ਨਹੀਂ ਹੈ, ਉਹ ਆਪਣੇ ਏਰੀਏ ਦੇ ਵਿੱਚ ਹੈ, ਜਿੱਥੇ ਉਹ ਜਿੱਤੇ ਹੈ ਉਹ ਆਪਣੇ ਏਰੀਏ ਦੇ ਲੋਕਾਂ ਵੋਟਰਾਂ ਨੂੰ ਖੁਸ਼ ਕਰ ਰਹੇ ਹੈ ਔਰ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਸ ਲੈਵਲ ਦੀਆਂ ਉਹ ਹੱਲ ਕਰ ਰਹੇ ਹੈ। ਉਹਨਾਂ ਨੂੰ ਪਤਾ ਹੈ ਕਿ ਜੇ ਉਹ ਸੈਸ਼ਨ ਅਟੈਂਡ ਕਰਦੇ ਉੱਥੇ ਉਹਨਾਂ ਨੂੰ ਬੜੀ ਹੀਣ ਭਾਵਨਾ ਮਹਿਸੂਸ ਹੋਣੀ ਸੀ ਕਿਉਂਕਿ ਜਿੰਨੀ ਵੀ ਕੈਬਨਿਟ ਹੈ ਉਹ ਸਾਰੀ ਮਹਾਰਾਜਾ ਦੇ ਆਪਣੇ ਬੰਦੇ ਹਨ ਔਰ ਉਹ ਇਹ ਨਹੀਂ ਚਾਹੁੰਦੇ ਕਿ ਮੈਂ ਪਿਛਾਂ ਹੋ ਕੇ ਬੈਠਾ ਔਰ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਾ ਜਾਂ ਮੈਂ ਆਪਣੇ ਆਪ ਨੂੰ ਹੀਣਤਾ ਮਹਿਸੂਸ ਕਰਾਂ। ਉਹ ਲੱਗੇ ਹੋਏ ਆ, ਉਹਦੇ ਪੈਰੋਕਾਰ ਲੱਗੇ ਹੋਏ ਆ ਔਰ ਉਹਨਾਂ ਨਾਲ ਵੀ ਕੁਝ ਕਾਂਗਰਸੀ ਸਟਰੋਂਗ ਹੈ। ਚਲੋ ਅਗਰ ਤੁਸੀਂ ਕਹਿੰਦੇ ਹੋ ਕਿ he is into the game right now, ਉਹ ਗੇਮ ਦੇ ਵਿੱਚ ਵਾਕੇ ਹੈਗੇ ਨੇ, ਬਿਲਕੁਲ ਗੇਮ ਵਿੱਚ ਹੈ, ਤੁਹਾਨੂੰ ਲੱਗਦਾ ਹੈ ਕਿ ਅਗਰ ਜੋ ਕਮਬੈਕ ਵੀ ਕਰਦੇ ਹਨ ਤੇ ਉਹ ਔਰਾ ਜੋ ਉਹਨਾਂ ਦਾ ਸੀਗਾ ਉਸ ਔਰੇ ਦੇ ਨਾਲ ਉਹ ਵਾਪਸ ਆਉਣਗੇ? ਦੇਖੋ ਜੀ, ਜਾਂ ਫਿਰ ਦਾਲ ਦੇ ਵਿੱਚ ਕੋਈ ਅਜਿਹੀ ਗੱਲ ਹੈ, ਕਾਲੀ ਹੈਗੀ ਹੈ ਦਾਲ ਅਜੇ, ਕਿ ਉਹ ਚੁੱਪ ਕਰਕੇ ਬੈਠੇ ਹੋਏ ਨੇ? ਜੇ ਉਹ ਵਾਪਸ ਆਉਣਗੇ ਤੇ ਕਾਂਗਰਸ ਦੀ ਪ੍ਰਧਾਨਗੀ ਲੈ ਕੇ ਆਉਣਗੇ, ਨਹੀਂ ਤੇ ਉਹ ਨਾ ਕੋਈ ਸੈਸ਼ਨ ਅਟੈਂਡ ਕਰਨਗੇ। ਉਹ ਇਸੇ ਤਰ੍ਹਾਂ ਹੀ ਐਜ਼ ਇੱਕ ਵਿਧਾਨਕਾਰ ਜਿਹੜਾ ਹੈ ਆਪਣੇ ਏਰੀਏ ਦੇ ਵਿੱਚ ਜਿਹੜਾ ਹੈ ਉਹ ਵਿਚਰਨਗੇ, ਭਾਵੇਂ ਉਹਨਾਂ ਤੇ ਕੋਈ ਵੀ ਐਕਸ਼ਨ ਕੈਪਟਨ ਸਾਹਿਬ ਕਰ ਦੇਣ, ਉਹ ਬਿਲਕੁਲ ਕੋਈ ਸੈਸ਼ਨ ਨਹੀਂ ਅਟੈਂਡ ਕਰਨਗੇ ਔਰ ਉਹ ਆਪਣੇ ਲੋਕ ਆਵਾਜ਼ ਜਿਹੜੀ ਹੈ ਆਪਣੇ ਏਰੀਏ ਦੀ ਉਹ ਸੁਣਨਗੇ। ਡਾਕਟਰ ਸਾਹਿਬ, ਜੇ ਚਲੋ ਮੰਨ ਲਈਏ ਕਿ ਕਾਂਗਰਸ ਨਾਲ ਉਹਨਾਂ ਦੀ ਨਹੀਂ ਬਣ ਰਹੀ, ਫੋਰ ਐਗਜ਼ਾਮਪਲ ਉਹ ਕਾਂਗਰਸ ਜੋ ਉਹਨਾਂ ਨੂੰ ਦਬਾਅ ਪਾ ਰਹੀ ਹੈ ਕਿਉਂਕਿ ਉਹ ਅਗਰ ਅੜ ਗਏ ਤਾਂ ਅੜ ਗਏ, ਇਸ ਕਰਕੇ ਉਹਨਾਂ ਨੇ ਬੀਜੇਪੀ ਵੀ ਛੱਡੀ ਸੀਗੀ, ਜੇ ਕਾਂਗਰਸ ਉਹਨਾਂ ਨੂੰ ਅਜਿਹੀ ਕੋਈ ਗੱਲ ਕਹਿੰਦੀ ਹੈ, ਜੇਕਰ ਉਹ ਛੱਡ ਵੀ ਦਿੰਦੇ ਹਨ, ਵਟ ਯੂ ਥਿੰਕ ਕਿ ਉਹਨਾਂ ਦਾ ਨੈਕਸਟ ਸਟੈਪ ਕੀ ਹੋ ਸਕਦਾ ਔਰ ਜੇਕਰ ਨੈਕਸਟ ਸਟੈਪ ਉਹਨਾਂ ਦਾ ਆਪਣੀ ਪਾਰਟੀ ਬਣਾਉਣ ਦਾ ਹੋਏਗਾ, ਕੀ ਇਹ ਨਵਜੋਤ ਸਿੰਘ ਸਿੱਧੂ ਲਈ ਵਧੀਆ ਫੈਸਲਾ ਹੋਵੇਗਾ? ਦੇਖੋ, ਪਹਿਲੀ ਗੱਲ ਤੇ ਉਹ ਕਾਂਗਰਸ ਨੂੰ ਛੱਡਦੇ ਨਹੀਂ ਜੀ, ਕਾਂਗਰਸ ਉਹਨਾਂ ਨੂੰ ਛੱਡਦੀ ਹੈ ਤਾਂ ਉਹਨਾਂ ਕੋਲ ਇੱਕੋ ਇੱਕ ਵਿਕਲਪ ਹੈ ਕਿ ਉਹ ਤੀਸਰਾ ਧਿਰ ਜਿਹੜਾ ਹੈ ਉਹ ਉਹਦੇ ਵਿੱਚ ਸ਼ਾਮਿਲ ਹੋਣਗੇ, ਉਹ ਨਾ ਤੇ ਉਹ ਬੀਜੇਪੀ 'ਚ ਜਾਣਗੇ ਔਰ ਨਾ ਹੀ ਦੁਬਾਰਾ ਕਾਂਗਰਸ ਵਿੱਚ ਆਉਣਗੇ ਕਿਉਂਕਿ ਉਹਨਾਂ ਨੇ ਸਾਰੀ ਜਿਹੜੀ ਗੱਲ ਹੈ ਉਹ ਕਾਂਗਰਸ ਦੇ ਉੱਤੇ ਛੱਡੀ ਹੈ। ਕਾਂਗਰਸ ਜਿਹੜੀ ਹੈ ਉਹ ਕਿਸ ਤਰ੍ਹਾਂ ਉਹਨਾਂ ਨੂੰ ਨਵਾਜਦੀ ਹੈ ਗੱਲ ਇੱਥੇ ਖੜੀ ਹੈ। ਜੇ ਤੀਜਾ ਧਿਰ ਵੀ ਉਹ ਬਣਾ ਲੈਂਦੇ ਹਨ, ਤੁਹਾਨੂੰ ਲੱਗਦਾ ਕਿ ਰਵਾਇਤੀ ਪਾਰਟੀਆਂ ਉਹਨਾਂ ਨੂੰ ਟਿਕਣ ਦੇਣਗੀਆਂ? ਦੇਖੋ ਜੀ, ਰਵਾਇਤੀ ਪਾਰਟੀਆਂ ਟਿਕਣ ਦੇਣ ਚਾਹੇ ਨਾ ਦੇਣ, ਉਹਨਾਂ ਦੀ ਇਹੋ ਜਿਹੀ ਸ਼ਖਸੀਅਤ ਹੈ ਕਿ ਉਹ ਪਾਰਟੀ ਤੀਸਰੀ ਧਿਰ ਨੂੰ ਖੜੇ ਕਰਨ ਦੇ ਵਿੱਚ ਉਹ ਸਮਰੱਥ ਹੈ ਔਰ ਲੋਕ ਜਿਹੜੇ ਹੈ ਉਹਨਾਂ ਨੂੰ ਸਪੋਰਟ ਕਰਨਗੇ ਔਰ ਪੰਜਾਬ ਕੋਈ ਏਡਾ ਵੱਡਾ ਨਹੀਂ ਹੈ ਔਰ
ਹਰ ਇੱਕ ਰੈਲੀ ਜਿਹੜੀ ਆ ਖੁਦ ਅਟੈਂਡ ਕਰਨਗੇ, ਤੁਸੀਂ ਦੇਖ ਲਿਓ ਇੱਕ ਐਸਾ ਮੌ ਪੜਾ ਦੇਣਗੇ ਕਿ ਇਹ ਦੋਵੇਂ ਪਾਰਟੀਆਂ ਦੇਖਦੀਆਂ ਰਹਿ ਜਾਣਗੀਆਂ। ਇਹ ਮੇਰਾ ਆਪਣਾ ਵਿਚਾਰ ਆ, ਬੀਂਗ ਏ ਪ੍ਰੈਸ ਰਿਪੋਰਟਰ ਵੀ, ਔਰ ਓਵਰਆਲ ਜਿਹੜੀ ਤਸਵੀਰ ਮੈਂ ਦੇਖ ਰਿਹਾ ਪੰਜਾਬ ਦੀ, ਕਿਉਂਕਿ ਮੇਰੀ ਰੋਜ਼ ਗੱਲਬਾਤ ਹੁੰਦੀ ਰਹਿੰਦੀ ਹੈ। ਆਈ ਕੈਨ ਅੰਡਰਸਟੈਂਡ। ਤੀਜਾ ਤਿਰ ਜੇਕਰ ਹਜੇ ਹਾਲ ਫਿਲਹਾਲ ਦੇ ਵਿੱਚ ਅਸੀਂ ਮੰਨੀਏ ਤਾਂ ਆਮ ਆਦਮੀ ਪਾਰਟੀ ਵੱਜਦੀ ਹੈ ਪੰਜਾਬ ਦੇ ਵਿੱਚ, ਕੀ ਲੱਗਦਾ ਤੁਹਾਨੂੰ ਕਿ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰ ਲੈਣੀ ਚਾਹੀਦੀ ਹੈ? ਨਹੀਂ, ਉਹ ਬਿਲਕੁਲ ਨਹੀਂ ਆਮ ਆਦਮੀ ਪਾਰਟੀ 'ਚ ਜਾਣਗੇ। ਜੇ ਉਹ ਜਾਣਗੇ ਤਾਂ ਉਹ ਬੈਂਸ ਬ੍ਰਦਰ ਦੀ ਜਿਹੜੀ ਹੈ ਪਾਰਟੀ ਉਹਦੇ ਵਿੱਚ ਸ਼ਾਮਲ ਹੋ ਸਕਦੇ ਹੈ। ਔਰ ਵਟ ਯੂ ਥਿੰਕ, ਜੇਕਰ ਉਹ ਕਾਂਗਰਸ ਚਲੋ ਮੰਨੀਏ ਕਿ ਬੈਕਫੁੱਟ 'ਤੇ ਅਗਰ ਉਹ ਚਲੇ ਵੀ ਜਾਂਦੇ ਹਨ ਤਾਂ ਕਿਹੜੇ ਕਿਹੜੇ ਲੋਕਾਂ ਨੂੰ ਉਹ ਨਾਲ ਲੈ ਕੇ ਆਉਣ ਔਰ ਤੀਜਾ ਧਿਰ ਬਣਾਉਣ? ਦੇਖੋ, ਇਹ ਸੁਖਪਾਲ ਖਹਿਰਾ ਇਹ ਬੈਂਸ ਬ੍ਰਦਰ ਹੈ, ਔਰ ਟਕਸਾਲੀ ਜਿਹੜੇ ਹੈਗੇ ਹੈ ਅਕਾਲੀ, ਇਹ ਸਾਰੇ ਇਕੱਠੇ ਹੋ ਜਾਣਗੇ, ਇੱਕੋ ਬੈਨਰ ਦੇ ਥੱਲੇ ਹੋਣਗੇ, ਔਰ ਨਵਜੋਤ ਸਿੰਘ ਸਿੱਧੂ ਜਿਹੜਾ ਇਹਨੂੰ ਇਹ ਲੀਡਰ ਮੰਨਣਗੇ। ਇਹ ਅੰਦਰ ਖਾਤੇ ਜਿਹੜੀ ਹੈ ਗੱਲਬਾਤ ਚੱਲ ਰਹੀ ਹੈ। ਔਰ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ, ਜਿਹੜੇ ਵਿਦੇਸ਼ੀ ਬੀਜੇਪੀ ਵਿੰਗ ਹੈ ਉਹਨਾਂ ਕੋਲ ਵੀ ਕਨਸੋਆ ਹੈ ਕਿ ਜੇ ਕਾਂਗਰਸ ਇਹਨੂੰ ਛੱਡਦੀ ਹੈ ਜਾਂ ਇਹਨੂੰ ਕੱਢਦੀ ਹੈ ਤਾਂ ਉਹ ਵੀ ਗੱਲ ਲਾਉਣ ਲਈ ਤਿਆਰ ਹੈਗੇ ਹੈ। ਬੀਜੇਪੀ ਰਿਵਾਈਵ ਕਰਨ ਦੀ ਕੋਸ਼ਿਸ਼ ਕਰੇਗੀ? ਬਿਲਕੁਲ ਕਰੇਗੀ, ਔਰ ਇਹ ਸਿੱਧੂ ਤੇ ਡਿਪੈਂਡ ਕਰਦਾ ਕਿ ਉਹ ਜੁਆਇਨ ਕਰਦੇ ਹਨ ਕਿ ਨਹੀਂ ਕਰਦੇ ਹਨ। ਡਾਕਟਰ ਸਾਹਿਬ, ਇੱਕ ਬੜਾ ਅਹਿਮ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਇਆ। ਸਿਆਸੀ ਪੰਡਤਾਂ ਨੇ ਇਹ ਵੀ ਕਿਹਾ ਸੀਗਾ ਕਿ ਜੇ ਸਿੱਧੂ ਮੁੜ ਤੋਂ ਬੀਜੇਪੀ ਜੁਆਇਨ ਕਰਦੇ ਹਨ ਔਰ ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰ ਜਿਹੜੇ ਆਗੂ ਪੰਜਾਬ ਤੋਂ ਕੰਮ ਕਰਦੇ ਹਨ ਜਾਂ ਜੋ ਪੰਜਾਬ ਤੋਂ MP ਵੀ ਹਨ ਔਰ MLA ਵੀ ਹਨ, ਉਹ ਇਹ ਕਹਿੰਦੇ ਹਨ, ਉਹਨਾਂ ਨੇ ਖੁੱਲ੍ਹੇ ਇਹ ਚੈਲੰਜ ਦਿੱਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਅਗਰ ਕੋਈ ਸਭ ਤੋਂ ਵੱਡੀ ਪਾਰਟੀ ਹੋਏਗੀ ਤਾਂ ਉਹ ਬੀਜੇਪੀ ਹੋਏਗੀ। ਕਿ ਉਹਨਾਂ ਨੂੰ ਵਾਕਈ ਹੀ ਇਹ ਪਲਾਨ ਦੇ ਮੁਤਾਬਿਕ ਉਹਨਾਂ ਨੂੰ ਬੀਜੇਪੀ ਛਡਾ ਕੇ ਕਾਂਗਰਸ ਦੇ ਵਿੱਚ ਸ਼ਾਮਿਲ ਕਰਾਇਆ ਗਿਆ, ਹੁਣ ਕਾਂਗਰਸ ਦੇ ਨਾਲ ਅਣਬਣ ਹੋ ਗਈ ਔਰ ਫਿਰ ਮੁੜ ਤੋਂ ਨਵਜੋਤ ਸਿੰਘ ਸਿੱਧੂ ਬੀਜੇਪੀ ਜੁਆਇਨ ਕਰ ਲੈਣਗੇ ਔਰ ਉਹ ਸਭ ਤੋਂ ਵੱਡੀ ਪਾਰਟੀ ਜਿਹੜੀ ਹੈ ਉਭਰ ਕੇ ਪੰਜਾਬ ਦੇ ਵਿੱਚ ਸਾਹਮਣੇ ਆਏਗੀ? ਲੱਗਦਾ ਤੁਹਾਨੂੰ ਐਵੇਂ? ਨਹੀਂ, ਐਸੀ ਗੱਲ ਨਹੀਂ, ਕਿਉਂਕਿ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹਨਾਂ ਨੂੰ ਅੰਮ੍ਰਿਤਸਰ ਤੋਂ ਟਿਕਟ ਨਹੀਂ ਦਿੱਤੀ ਔਰ ਇਹਨਾਂ ਨੂੰ ਕੁਰੂਕਸ਼ੇਤਰ ਤੋਂ ਟਿਕਟ ਦਿੱਤੀ ਗਈ ਔਰ ਉਸ ਕਰਕੇ ਇਹਨਾਂ ਨੇ ਆਪਣੀ ਨਾਰਾਜ਼ਗੀ ਜਿਹੜੀ ਹੈ ਉਹ ਜ਼ਾਹਿਰ ਕਰਕੇ ਬੀਜੇਪੀ ਨੂੰ ਜਿਤਾਇਆ। ਜੇ ਚਾਹੁੰਦੇ ਤੇ ਇਹਨੂੰ ਕੈਬਨਿਟ ਅਹੁਦਾ ਦੇ ਸਕਦੇ ਜੇ ਵਰਾਣਾ ਹੁੰਦਾ, ਲੇਕਿਨ ਇਹ ਵੀ ਇਹਨਾਂ ਨੇ ਨਵਾਜਿਆ ਨਹੀਂ ਹੈ, ਉਹ ਆਪਣੀ ਹੇਠੀ ਸਮਝਦੇ ਹੋਏ ਕੁਰੂਕਸ਼ੇਤਰ ਤੋਂ ਨਾਲ ਲੜਦੇ ਹੋਏ ਉਹਨਾਂ ਨੇ ਜਿਹੜਾ ਹੈਗਾ ਇਹ ਕਾਂਗਰਸ ਨੂੰ ਜੁਆਇਨ ਕੀਤਾ ਹੈ। ਔਰ ਜਿੱਥੋਂ ਤੱਕ ਗੱਲ ਰਹੀ ਵੀ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਵੱਡੇ ਵੱਡੇ ਲੀਡਰ ਜਿਹੜੇ ਹੈ ਉਹ ਇਹਦੀ ਦਾਲ ਨਹੀਂ ਗਲਣ ਦੇਣਗੇ, ਮੈਂ ਇੱਕ ਗੱਲ ਇੱਥੇ ਸਪਸ਼ਟ ਕਰ ਦਿਆਂ ਕਿ ਬੀਜੇਪੀ ਦੇ ਵਿੱਚ ਵੀ ਅੱਜ ਦੀ ਡੇਟ ਜਿਹੜੇ ਹੈ ਮੋਦੀ ਸਾਹਿਬ ਵੀਟੋ ਪਾਵਰ ਹੈ। ਜੇ ਮੋਦੀ ਸਾਹਿਬ ਨੇ ਚਾਹਿਆ ਤੇ ਸਾਰੇ ਸ਼ਾਂਤ ਹੋ ਕੇ ਬਹਿ ਜਾਣਗੇ, ਜੇ ਉਹਨਾਂ ਨੇ ਚਾਹਿਆ ਤੇ ਉਹ ਨਵਜੋਤ ਸਿੰਘ ਸਿੱਧੂ ਦਾ ਪੱਤਾ ਯੂਜ਼ ਕਰ ਸਕਦੇ ਆ। ਮੈਨੂੰ ਜੋ ਲੱਗਦਾ ਹੈ, ਜੋ ਸਿਆਸੀ ਪੰਡਤ ਵੀ ਇਸ ਗੱਲ ਨੂੰ ਦੱਸਦੇ ਹਨ ਕਿ ਹੁਕਮ ਦਾ ਇੱਕਾ ਹੈਗਾ ਨਵਜੋਤ ਸਿੰਘ ਸਿੱਧੂ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਜੇਕਰ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣਨਾ ਚਾਹੁੰਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਰਿਵਾਈਵ ਕੀਤਾ ਜਾ ਸਕਦਾ, ਉਹ ਵੀ ਬੀਜੇਪੀ ਦੇ ਕੋਲ ਮਾਸਟਰ ਪਲਾਨ ਹੈਗਾ। ਉਹ ਮਾਸਟਰ ਪਲਾਨ ਵੀ ਮੈਂ ਦਰਸ਼ਕਾਂ ਦੇ ਸਾਹਮਣੇ ਰੱਖਾਂਗਾ, ਉਹਦੇ ਉੱਤੇ ਵੀ ਮੈਂ ਤੁਹਾਡੇ ਪ੍ਰਤੀਕਰਮ ਡਾਕਟਰ ਸਾਹਿਬ ਲਵਾਂਗਾ, ਤੁਸੀਂ ਸਾਡੇ ਨਾਲ ਬਣੇ ਰਹੋ। ਮੈਨੂੰ ਉੱਥੇ ਸਮਾਂ ਇਜਾਜ਼ਤ ਤੱਕ ਨਿੱਕੇ ਜੇ ਬ੍ਰੇਕ ਲਈ ਦੇ ਰਿਹਾ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਕਰਾਂਗੇ ਉਸ ਦੇ ਉੱਤੇ ਵਿਚਾਰ। ਤੁਹਾਡਾ ਸਵਾਗਤ ਹੈ। ਗੱਲ ਕਰ ਰਹੇ ਸੀਗੇ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਭਵਿੱਖ ਨੂੰ ਲੈ ਕੇ। ਡਾਕਟਰ ਸੁਰਿੰਦਰ ਸਿੰਘ ਗਿੱਲ ਮੇਰੇ ਨਾਲ ਮੌਜੂਦ ਹਨ, ਸਿੱਖਸ ਆਫ ਅਮੈਰੀਕਾ ਦੇ ਡਾਇਰੈਕਟਰ ਹਨ ਔਰ ਪ੍ਰੋਫੈਸ਼ਨਲ, ਜੇਕਰ ਮੈਂ ਗੱਲ ਕਰਾਂ ਉਹਨਾਂ ਦੀ ਲਾਈਫ ਦੀ ਤਾਂ ਪੱਤਰਕਾਰਿਤਾ ਦੇ ਵਿੱਚ ਵੀ ਉਹਨਾਂ ਦਾ ਅਹਿਮ ਯੋਗਦਾਨ ਰਿਹਾ। ਅਤੇ ਮੈਂ ਇਹ ਗੱਲ ਪੁੱਛ ਰਿਹਾ ਸੀਗਾ ਕਿ ਕੀ ਨਵਜੋਤ ਸਿੰਘ ਸਿੱਧੂ ਬੀਜੇਪੀ ਜੁਆਇਨ ਕਰ ਸਕਦੇ ਹਨ, ਇਹਦੇ ਉੱਤੇ ਅਸੀਂ ਸਹਿਮਤੀ ਜਤਾ ਰਹੇ ਸੀਗੇ। ਅਤੇ ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਮਾਸਟਰ ਪਲਾਨ ਬੀਜੇਪੀ ਦੇ ਕੋਲ ਇਹ ਹੈਗਾ ਕਿ ਨਵਜੋਤ ਸਿੰਘ ਸਿੱਧੂ ਬੀਜੇਪੀ ਨੂੰ ਕਹਿਣਗੇ ਕਿ ਦੇਖੋ ਜੀ, ਮੈਂ ਤੁਹਾਡੀ ਪਾਰਟੀ ਤਾਂ ਜੁਆਇਨ ਕਰਾਂਗਾ ਜੇਕਰ ਤੁਸੀਂ ਜਿਹੜੇ ਬੇਅਦਬੀ ਮਾਮਲਿਆਂ ਦੇ ਦੋਸ਼ੀ ਹਨ ਔਰ ਅਜਿਹੇ ਲੋਕਾਂ ਨੂੰ ਤੁਸੀਂ ਜੇਲ੍ਹ ਦੇ ਵਿੱਚ ਜਦ ਲੈ ਕੇ ਜਾਓਗੇ ਜਾਂ ਬੰਦ ਕਰੋਗੇ ਤਾਂ ਮੈਂ ਜ਼ਰੂਰ ਤੁਹਾਡਾ ਸਾਥ ਦੇਵਾਂਗਾ। ਫਿਰ ਲੋਕਾਂ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ ਆਉਣਗੇ ਕਿ ਇਹ ਮੰਗਾਂ ਮੈਂ ਕੇਂਦਰ ਸਰਕਾਰ ਤੋਂ ਮੰਗੀਆਂ ਸੀਗੀਆਂ ਜਿਨ੍ਹਾਂ ਦੇ ਉੱਤੇ ਕੇਂਦਰ ਸਰਕਾਰ ਵਚਨਬੰਧ ਹੋਈ ਔਰ ਜੋ ਮੈਂ ਗੱਲ ਚਾਹੁੰਦਾ ਸੀਗਾ, ਜੋ ਮੈਂ ਗੱਲ ਮਨਵਾਉਣਾ ਚਾਹੁੰਦਾ ਸੀਗਾ, ਕੇਂਦਰ ਸਰਕਾਰ ਨੇ ਮੇਰੀ ਗੱਲਾਂ ਨੂੰ ਮੰਨਿਆ ਅਤੇ ਇਸ ਕਰਕੇ ਪੰਜਾਬ ਦੇ ਲਈ, ਪੰਜਾਬੀਅਤ ਦੇ ਲਈ ਮੈਂ ਮੁੜ ਤੋਂ ਬੀਜੇਪੀ ਜੁਆਇਨ ਕਰ ਰਿਹਾ ਹਾਂ ਔਰ ਉਹ ਬੀਜੇਪੀ ਜੁਆਇਨ ਕਰਕੇ ਵਿਧਾਨ ਸਭਾ ਚੋਣਾਂ ਦੇ ਵਿੱਚ ਲੜਨਗੇ। ਬੀਜੇਪੀ ਦੇ ਬਤੌਰ ਉਹ ਚਿਹਰੇ ਹੋਣਗੇ। ਜਿਹੜਾ ਭਾਈਵਾਲ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਟੁੱਟੇਗਾ ਔਰ ਜਿਹੜੀਆਂ ਅਗਲੀਆਂ ਚੋਣਾਂ ਪੰਜਾਬ ਦੇ ਵਿੱਚ ਹੋਣਗੀਆਂ ਉਹਦੇ ਵਿੱਚ ਬੀਜੇਪੀ ਆਪਣੇ ਕੈਂਡੀਡੇਟ CM ਨੂੰ ਉਤਾਰੇਗੀ ਔਰ ਉਹ ਹੋਣਗੇ ਨਵਜੋਤ ਸਿੰਘ ਸਿੱਧੂ। ਡਾਕਟਰ ਸੁਰਿੰਦਰ ਸਿੰਘ ਗਿੱਲ ਜੀ, ਸਹਿਮਤੀ ਰੱਖਦੇ ਹੋ ਇਸ ਗੱਲ ਦੇ ਨਾਲ? ਨਹੀਂ ਜੀ, ਮੈਂ ਬਿਲਕੁਲ ਸਹਿਮਤੀ ਨਹੀਂ ਰੱਖਦਾ। ਉਹਦਾ ਕਾਰਨ ਇਹ ਹੈ ਕਿ ਜਿੰਨਾ ਚਿਰ ਵੱਡੇ ਬਾਦਲ ਸਾਹਿਬ ਬੈਠੇ ਹੈ
ਉਹਨਾਂ ਚਿਰ ਬੀਜੇਪੀ ਕਦੇ ਵੀ ਇੰਡੀਪੈਂਡੈਂਟ ਇਲੈਕਸ਼ਨ ਪੰਜਾਬ ਵਿੱਚ ਨਹੀਂ ਲੜੇਗੀ। ਪਰ ਇਹ ਜਿਹੜਾ ਸਿਆਸੀ ਵਿੰਗ ਬੀਜੇਪੀ ਦਾ ਅਮਰੀਕਾ ਦਾ ਬੈਠਾ ਹੈ, ਇਹ ਜਦੋਂ ਵੀ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਂ ਇੱਥੇ ਉਹਨਾਂ ਦੇ ਨੁਮਾਇੰਦੇ ਆਏ ਆ, ਉਹਨਾਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਤੁਸੀਂ ਇੰਡੀਪੈਂਡੈਂਟ ਇਲੈਕਸ਼ਨ ਲੜੋ। ਔਰ ਉਹ ਇਹੋ ਹੀ ਕਹਿੰਦੇ ਆ ਕਿ ਐਜ ਲੌਂਗ ਐਜ ਵੱਡੇ ਬਾਦਲ ਸਾਹਿਬ ਬੈਠੇ ਆ, ਉਹਨਾਂ ਚਿਰ ਅਸੀਂ ਇਹ ਸਮਝੌਤਾ ਤੋੜ ਨਹੀਂ ਸਕਦੇ। ਹਾਂ, ਗੱਲ ਇੱਕ ਜ਼ਰੂਰ ਹੈ, ਐਕਾ ਸੀਟਾਂ ਦੀ ਮੰਗ ਜਿਹੜੀ ਹੈ, ਜਿੱਥੇ 25 ਸੀ ਉੱਥੇ ਉਹ 50 ਮੰਗਣਗੇ, ਉਹਦੇ 'ਤੇ ਇਹਨਾਂ ਦੀ ਸਹਿਮਤੀ ਹੁੰਦੀ ਹੈ ਕਿ ਨਹੀਂ ਹੁੰਦੀ, ਗੱਲ ਅੱਜ ਦੀ ਡੇਟ ਵਿੱਚ ਇੱਥੇ ਖੜੀ ਹੈ। ਠੀਕ ਹੈ, ਠੀਕ ਹੈ। ਅਤੇ ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਲੈਣਾ ਚਾਹਾਂਗਾ ਡਾਕਟਰ ਸਾਹਿਬ। ਜਾਂਦੇ ਜਾਂਦੇ ਇਹ ਦਰਸ਼ਕਾਂ ਨੂੰ ਦੱਸ ਦਿਓ ਕਿ ਸਾਨੂੰ ਵਿਸ਼ਵਾਸ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਰਨਾ ਚਾਹੀਦਾ ਹੈ ਕਿ ਨਹੀਂ? ਬਿਲਕੁਲ ਕਰਨਾ ਚਾਹੀਦਾ। ਦੇਖੋ ਜੀ, ਨਵਜੋਤ ਸਿੱਧੂ ਨੇ ਆਪਣੀ ਜਾਨ ਤੇ ਖੇਲ ਕਰਤਾਰਪੁਰ ਕੋਰੀਡੋਰ ਖੁਲਵਾਇਆ ਔਰ ਉਹਦੇ ਵਿੱਚ ਉਹਨੂੰ ਬਦਨਾਮੀ ਸਾਰੀਆਂ ਪਾਰਟੀਆਂ ਨੇ ਦਿੱਤੀ, ਉਹਨੇ ਕੋਈ ਨਿੱਜੀ ਕੰਮ ਥੋੜਾ ਕੀਤਾ। ਔਰ ਦੇਖੋ, ਭਾਈਚਾਰੇ ਦੀ ਸਾਂਝ ਨੂੰ ਵਧਾਉਣ ਵਾਸਤੇ, ਸ਼ਾਂਤੀ ਦਾ ਪ੍ਰਤੀਕ ਤੇ ਮਸੀਹਾ ਬਣਨ ਵਾਸਤੇ ਉਹਨੇ ਆਪਣਾ ਅਹੁਦਾ ਤੱਕ ਕੁਰਬਾਨ ਕਰ ਦਿੱਤਾ ਹੈ। ਔਰ ਮੈਂ ਚਾਹਾਂਗਾ ਕਿ ਸਿੱਧੂ ਹਰ ਹਾਲਤ ਪੰਜਾਬ ਦੇ ਮੁੱਖ ਮੰਤਰੀ ਬਣਨਗੇ, ਔਰ ਉਹ ਕਿਸ ਪਾਰਟੀ ਤੋਂ ਬਣਨਗੇ, ਗੱਲ ਇੱਥੇ ਖੜੀ ਹੈ। ਆਉਣ ਵਾਲਾ ਸਮਾਂ ਜਿਹੜਾ ਹੈ ਉਹ ਦੱਸੇਗਾ, ਜਾਂ ਲੋਕ ਜਿਹੜੇ ਹੈ ਉਹ ਦੱਸਣਗੇ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਉਹ ਪੰਜਾਬ ਲਈ ਸਹੀ ਵਿਕਲਪ ਹੈ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਪ੍ਰਤੀਕਰਮ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖੇ। ਅਤੇ ਜਿਵੇਂ ਸਾਨੂੰ ਡਾਕਟਰ ਸੁਰਿੰਦਰ ਸਿੰਘ ਗਿੱਲ ਹੋਰਾਂ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦੇ ਉੱਤੇ ਭਰੋਸਾ ਕਰਨਾ ਚਾਹੀਦਾ ਹੈ, ਨਵਜੋਤ ਸਿੰਘ ਸਿੱਧੂ ਮੁੜ ਤੋਂ ਵਾਪਸ ਆਉਣਗੇ, ਜਿਸ ਸਿਆਸੀ ਪਿੱਚ ਦੇ ਉੱਤੇ ਉਹਨਾਂ ਨੂੰ ਘੇਰਿਆ ਗਿਆ ਉਹ ਆ ਕੇ ਫਿਰ ਤੋਂ ਛੱਕੇ ਛੁਡਾਉਣਗੇ, ਲੇਕਿਨ ਸਮਾਂ ਇਹ ਦੱਸਦਾ ਹੈ ਕਿ ਵਾਕਈ ਹੀ ਉਹ ਛੱਕੇ ਛੁਡਾਉਣ ਦੀ ਮਾਨਸਿਕਤਾ ਦੇ ਨਾਲ ਆਉਣਗੇ ਜਾਂ ਫਿਰ ਕਲੀਨ ਬੋਲਡ ਹੋਣਗੇ ਜਾਂ ਫਿਰ ਮੁੜ ਤੋਂ ਉਹਨਾਂ ਦੀ ਬੋਲ ਨੂੰ ਕੈਚ ਕਰ ਲਿੱਤਾ ਜਾਵੇਗਾ। ਇੱਕ ਵੱਡੇ ਸਵਾਲ ਹੈ ਬਣੇ ਹੋਏ ਹਨ, ਲੇਕਿਨ ਇਸ ਉੱਤੇ ਤੁਸੀਂ ਕੀ ਸੋਚਦੇ ਹੋ? ਮੈਂ ਚਾਹੁੰਦਾ ਕਿ ਤੁਸੀਂ ਹੁਣ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਸਾਨੂੰ ਆਪਣੇ ਵਿਚਾਰ ਵੀ ਦੇ ਸਕਦੇ ਹੋ, ਜਾਂ ਫਿਰ ਤੁਸੀਂ ਮੈਨੂੰ ਮੇਲ ਵੀ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ। ਮੇਰੇ ਨਾਲ ਕਾਫੀ ਸਾਰੇ ਕਾਲਰਸ ਇਸ ਟਾਈਮ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਹਨ, ਲੈਂਦੇ ਹਾਂ ਉਹਨਾਂ ਦੀ ਕਾਲਸ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਪ੍ਰਤੀਕਰਮ ਉਹ ਸਾਡੇ ਉੱਤੇ ਇਸ ਸੰਬੰਧ ਦੇ ਉੱਤੇ ਰੱਖਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੇਰਾ ਨਾਮ ਪਰਮਿੰਦਰ ਸਿੰਘ ਸੋਚ ਹੈ ਜੀ। ਸਤਿ ਸ਼੍ਰੀ ਅਕਾਲ ਸੋਚ ਸਾਹਿਬ, ਠੀਕ ਹੋ? ਬਿਲਕੁਲ ਮਿਹਰਬਾਨੀ ਵੀਰ, ਐਕਸਪ੍ਰੈਸਾਂ ਜੀ ਜੀ, ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਤੇ ਨਾਲੇ ਡਾਕਟਰ ਗਿੱਲ ਸਾਹਿਬ ਕਹਿ ਰਹੇ ਨੇ, ਇਹ ਜ਼ਰੂਰੀ ਨਹੀਂ ਹੁੰਦਾ ਕਿ ਬਹੁਤਾ ਬੋਲਣ ਵਾਲਾ ਬਹੁਤ ਕੁਝ ਕਰਨ ਜੋਗਾ ਹੁੰਦਾ ਹੈ ਜੀ। ਮੇਰਾ ਇਸ਼ਾਰਾ ਨਿਰਾ ਸਿੱਧੂ ਵੱਲ ਨਹੀਂ ਹੈਗਾ, ਬਲਕਿ ਮੈਂ ਇੱਕ ਜਨਰਲ ਗੱਲ ਕਰ ਰਿਹਾ ਜੀ ਜਿਹੜੀ ਸਾਰਿਆਂ ਉੱਤੇ ਲਾਗੂ ਹੁੰਦੀ ਹੈ ਜੀ। ਹੁਣ ਦੇਖੋ, ਖਾਮੋਸ਼ੀ ਮੇਰੇ ਮੁਤਾਬਕ ਸਭ ਤੋਂ ਵੱਡੀ ਤਾਕਤਵਰ ਹੁੰਦੀ ਹੈ ਜੀ। ਮੈਂ ਤੁਹਾਨੂੰ ਇੱਥੇ ਦੋ ਮਿਸਾਲਾਂ ਦਿੰਦਾ ਜੀ। ਪ੍ਰਤਾਪ ਸਿੰਘ ਕੈਰੋਂ ਤੋਂ ਇੰਦਰਾ ਗਾਂਧੀ ਨੇ, ਗੁਲਜ਼ਾਰੀ ਲਾਲ ਨੰਦਾ ਨੇ ਤੇ ਕਾਮਰਾਜ ਨੇ ਜੀ, ਤਿੰਨਾਂ ਨੇ ਰਲ ਕੇ ਮੁੱਖ ਮੰਤਰੀ ਦੀ ਕੁਰਸੀ ਖੋਹ ਲਈ। ਉਹ ਚੁੱਪ ਰਹੇ, ਚੁੱਪ ਰਹਿ ਕੇ ਵੀ ਈਵਨ ਆਪਣੀ ਮੌਤ ਤੋਂ ਬਾਅਦ ਵੀ ਉਹ ਤਾਕਤਵਰ ਰਹੇ ਜੀ। ਬੋਲਦੇ ਘੱਟ ਸਨ, ਸਮਝਦਾਰੀ ਤੋਂ ਕੰਮ ਜ਼ਿਆਦਾ ਲੈਂਦੇ ਸੀ ਜੀ, ਦੂਰ ਅੰਦੇਸ਼ ਸਨ। ਦੂਜੀ ਮਿਸਾਲ ਮੈਂ ਦਿੰਦਾ ਹਾਂ ਡਾਕਟਰ ਮਨਮੋਹਨ ਸਿੰਘ ਦੀ ਜੀ। ਡਾਕਟਰ ਮਨਮੋਹਨ ਸਿੰਘ ਵਰਸਸ ਮੋਦੀ, ਬੜੇ ਖਾਮੋਸ਼ ਨੇ ਮਨਮੋਹਨ ਸਿੰਘ, ਪਰ ਉਹਨਾਂ ਦਾ ਲੋਹਾ ਜਿਹੜਾ ਨਾ ਉਹ ਵੱਡੇ ਵੱਡੇ ਦੋਸ਼ਾਂ ਦੇ ਜਿਹੜੇ ਡਿਪਲੋਮੈਟ ਨੇ ਉਹ ਮੰਨਦੇ ਨੇ। ਹੁਣ ਮੈਂ ਗੱਲ ਆਉਂਦਾ ਵਾ ਆਪਣਾ ਕੇਂਦਰ ਬਿੰਦੂ ਕਰਦਾ ਵਾ ਸਿੱਧੂ ਉੱਤੇ। ਮੇਰੇ ਮੁਤਾਬਕ ਸਿੱਧੂ ਨੂੰ ਆਪਣੀ ਈਗੋ ਲੈ ਡੁੱਬ ਰਹੀ ਹੈ ਜੀ। ਓਕੇ, ਤੇ ਲਾਸਟ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਜੇ ਸਿੱਧੂ ਕਾਂਗਰਸ ਤੋਂ ਆਪਣੀਆਂ ਗੱਲਾਂ ਮੰਗਾਂ ਨਹੀਂ ਮਨਵਾ ਸਕਿਆ ਤੇ ਕੱਲ ਨੂੰ ਕੀ ਭਰੋਸਾ ਕਿ ਉਹ ਬੀਜੇਪੀ ਤੋਂ ਵੀ ਉਹ ਮਨਵਾ ਸਕੇਗਾ, ਜੇ ਈਵਨ ਉਹ ਵਾਅਦਾ ਵੀ ਕਰ ਦਿੰਦੇ। ਬਸ ਇੰਨੀ ਗੱਲ ਹੈ ਜੀ। ਮਿਹਰਬਾਨੀ ਸੋਚ ਸਾਹਿਬ, ਤੁਸੀਂ ਆਪਣੇ ਪ੍ਰਤੀਕਰਮ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖੇ। ਜੇਕਰ ਤੁਸੀਂ ਵੀ ਆਪਣੇ ਪ੍ਰਤੀਕਰਮ ਸਾਡੇ ਨਾਲ ਰੱਖਣਾ ਚਾਹੁੰਦੇ ਹੋ ਤਾਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਜੋ ਕਿ ਟੀਵੀ ਸਕਰੀਨ ਦੇ ਉੱਤੇ ਆ ਰਿਹਾ ਤੁਸੀਂ ਕਾਲ ਕਰ ਸਕਦੇ ਹੋ, ਲਾਈਵ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਆਪਣੇ ਵਿਚਾਰ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖ ਸਕਦੇ ਹੋ। ਤੁਹਾਨੂੰ ਕੀ ਲੱਗਦਾ ਨਵਜੋਤ ਸਿੰਘ ਸਿੱਧੂ ਦਾ ਭਵਿੱਖ? ਕਰਾਂਗੇ ਇਸ ਉੱਤੇ ਵਿਚਾਰ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੁਹਾਡਾ ਸਵਾਗਤ ਹੈ, ਕਾਲਰ ਸਾਡੇ ਨਾਲ ਜੁੜੇ ਹੋਏ ਹਨ, ਲੈਂਦੇ ਹਾਂ ਉਹਨਾਂ ਦੇ ਵਿਚਾਰ। ਹੈਲੋ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ, ਨਿਊਯਾਰਕ ਤੋਂ। ਸਤਿ ਸ਼੍ਰੀ ਅਕਾਲ ਪ੍ਰੇਮਪੁਰਾ ਸਾਹਿਬ, ਕੀ ਹਾਲ ਹੈ, ਠੀਕ ਹੋ? ਵਧੀਆ ਵਧੀਆ ਵਾਲੀਆ ਸਾਹਿਬ, ਤੁਸੀਂ ਸੁਣਾਓ? ਬਾਜੀ, ਚੜ੍ਹਦੀ ਕਲਾ ਕੀ ਕਰਾ ਰਹੇ ਹੋ ਨਵਜੋਤ ਸਿੰਘ ਸਿੱਧੂ ਹੋਰਾਂ ਦਾ? ਉਹਨਾਂ ਦਾ ਪਰਮਾਤਮਾ ਨੇ ਭਲਾ ਹੀ ਕਰਨਾ।
ਅੱਛਾ ਕਿਵੇਂ ਕਰਨਗੇ ਪਰਮਾਤਮਾ ਉਹਨਾਂ ਦਾ ਭਲਾ ਜੇਕਰ ਉਹ ਬੋਲਣਗੇ ਨਹੀਂ ਲੋਕਾਂ ਦੇ ਸਾਹਮਣੇ ਬੋਲਣ ਬੋਲਣ ਦੇ ਨਹੀਂ ਉਹ ਮੈਂ ਤੁਹਾਨੂੰ ਦੱਸਾਂ ਜਿੰਨਾ ਹਾਈ ਕਮਾਂਡ ਉਹ ਸਿੱਧੂ ਦਾ ਪ੍ਰੋਬਲਮ ਨੂੰ ਡਰੇ ਕਰਾ ਰਹੀ ਨਾ ਲੋਕਾਂ ਦੇ ਮਨਾਂ ਤੋਂ ਉਤਰ ਰਹੀ ਕਾਂਗਰਸ ਪਹਿਲਾਂ ਤਾਂ ਬੇਅਦਬੀ ਤੋਂ ਲੋਕ ਦੁਖੀ ਸਨ ਇਹਨਾਂ ਤੋਂ ਵੀ ਇਹਨਾਂ 2.5 ਸਾਲ ਲੰਘਾਤੇ ਨੇ ਕੋਈ ਐਕਸ਼ਨ ਚੱਜਦਾ ਨਹੀਂ ਲਿਆ ਔਰ ਬਾਅਦ ਵਿੱਚ ਇੱਕ ਸੱਚੇ ਬੰਦੇ ਨੂੰ ਇਹਨਾਂ ਰੋਲਣ ਡਏ ਨੇ ਜੇ ਮੋਦੀ ਦੇ ਰਡਾਰ ਥੱਲੇ ਆ ਗਿਆ ਨਾ ਬਾਈ ਨੀ ਵੇਖਣੀ ਇਹਨਾਂ ਪਹਿਲਾਂ ਪਲਟਾ ਲਵਾ ਦੇਣਾ ਇਹ ਵੀ ਤੁਹਾਨੂੰ ਦੱਸਦੇ ਆ ਹਾਲੀ ਉਹ ਕਸ਼ਮੀਰ ਦੇ ਵਿੱਚ ਬੀਜੀ ਨੇ ਜਿੱਦਾਂ ਉਹਨਾਂ ਨੇ ਮੋਦੀ ਦੀ ਦਿਸ਼ਾ ਦੀ ਇਹਨਾਂ ਦੇ ਗੱਠਜੋੜ ਹੋ ਗਿਆ ਨਾ ਇਹ ਕਾਂਗਰਸ ਇਹਨਾਂ ਨੂੰ ਦਿਨੇ ਤਾਰੇ ਦਿਸਣੇ ਨੇ ਔਰ 40-50 MLA ਲੈ ਕੇ ਤੇ ਕੁਛ ਬੀਜੇਪੀ ਦੇ ਹੋ ਗਏ ਤੇ ਔਰ ਬਾਈ ਵੀ ਨੀ ਡੀਕਣਾ ਇਹਨਾਂ ਦਾ ਇਹੋ ਜਿਹਾ ਹਾਲ ਹੋਣਾ ਜਿਵੇਂ ਦੀਆਂ ਨਵੀਆਂ ਕਰਤੂਤਾਂ ਕਰਨ ਡੇ ਇਹ ਹਾਈ ਕਮਾਂਡ ਦਾ ਸਾਰਾ ਕਸੂਰ ਕਾਂਗਰਸ ਮੁਕਤ ਭਾਰਤ ਆਪ ਹੀ ਨਾ ਕਰਾ ਦੇਣਾ ਇਹਨਾਂ ਦੀਆਂ ਜਿਹੜੀਆਂ ਆਦਤਾਂ ਨੇ ਉਹਨਾਂ ਨੇ ਕਰਾ ਦੇਣਾ ਇਹਦੇ ਪਬਲਿਕ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਨਾ ਕਿ ਪਬਲਿਕ ਨੇ ਇਹਨਾਂ ਨੂੰ ਇੰਨਾ ਬਹੁਮਤ ਦਿੱਤਾ ਹੈ ਤੇ ਕੰਮ ਇੰਨਾ ਕੋਈ ਵੀ ਨਹੀਂ ਸਿੱਧਾ ਕਰ ਰਹੇ ਪ੍ਰੇਮਪੁਰਾ ਸਾਹਿਬ ਇਹ ਕਹਿੰਦੇ ਹਨ ਕਿ ਨਵਜੋਤ ਸਿੰਘ ਸਿੱਧੂ ਈਗੋ ਦਾ ਮਾਰਿਆ ਹੋਇਆ ਉਹ ਨਹੀਂ ਯਾਰ ਜੋ ਮਰਜ਼ੀ ਕਿਸੇ ਨੂੰ ਕਹੀ ਉਹਨੇ ਕੋਈ ਅੱਜ ਤੂੰ ਮਾੜਾ ਕੰਮ ਕੀਤਾ ਫਿਰ ਤਾਂ ਕਹੋ ਕਹਿੰਦੇ ਜਿਹੜੀ ਉਹਦੀ ਈਗੋ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆ ਜਿਹਦਾ ਖਾਮੇ ਆ ਜਾ ਸਾਨੂੰ ਤੇ ਤੁਹਾਨੂੰ ਭੁਗਤਣਾ ਪੈ ਰਿਹਾ ਉਹ ਈਗੋ ਨਹੀਂ ਸੀ ਉਹ ਕਹਿੰਦਾ ਸੀ ਕੁਛ ਕਰੋ ਕੁਛ ਕਰੋ ਉਹ ਇਹਨਾਂ ਕੋਲ ਮੰਗ ਕਰਦਾ ਸੀ ਕੁਛ ਕਰੋ ਆਪਣੇ ਵਿੱਚ ਸਰਕਾਰ ਦੇ ਵਿੱਚ ਰਹਿ ਕੇ ਮੰਤਰੀ ਹੋਣ ਦੇ ਬਾਵਜੂਦ ਉਹਦੇ ਝੋਲੀਆਂ ਪਾਉਂਦਾ ਵੀ ਕੁਛ ਕਰੋ ਤੁਸੀਂ ਕੇਬਲ ਮਾਫੀਆ ਦੇ ਕੇਬਲ ਦਾ ਤਾਂ ਉਹਨਾਂ ਕਿੰਨਾ ਕੱਢਿਆ ਰੇਤ ਤੇ ਕਿੰਨਾ ਕੱਢਿਆ ਉਹ ਕੋਈ ਐਕਸ਼ਨ ਚਾਹੁੰਦਾ ਸੀ ਤੁਹਾਨੂੰ ਲੱਗਦਾ ਕਿ ਜੇਕਰ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਕਾਂਗਰਸ ਦਾ ਤਾਂ ਉਹ ਵਧੀਆ ਹੋਏਗਾ ਉਹਨਾਂ ਦੇ ਲਈ ਉਹ ਇਹ ਤੇ ਹਾਈ ਕਮਾਂਡ ਜੇ ਸਾਹਮਣੇਗੀ ਪੱਤਰ ਤੇ ਠੀਕ ਹੈ ਨਹੀਂ ਤੇ ਆਉਣ ਵਾਲਾ ਜਿਹੜਾ ਨਾ ਉਹ ਆਪ ਹੀ ਥਾਲੀ 'ਚ ਧਰ ਕੇ ਕਿਸੇ ਹੋਰ ਨੂੰ ਸਰਕਾਰ ਦੇ ਦੇਣਗੇ ਤੇ ਤੁਹਾਨੂੰ ਕੀ ਲੱਗਦਾ ਕਿ ਕੌਣ ਸਰਕਾਰ ਬਣਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਉਮੀਦਾਂ ਸੀਗੀਆਂ ਤੁਹਾਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਸਾਰੀ ਉਮੀਦਾਂ ਦੇ ਉੱਤੇ ਖਰੇ ਉਤਰੇ ਹਨ 2-2.5 ਸਾਲ ਦੇ ਕਿਸੇ ਨੂੰ ਉਹਨੇ ਅਹੁਦੇ ਹੀ ਨਹੀਂ ਦਿੱਤੇ ਹੁਣ ਅੱਧੀ ਸਰਕਾਰ ਲੰਘ ਗਈ ਤੇ ਹੁਣ ਚੇਅਰਮੈਨ ਬਣਾਏ ਨੇ 2-2.5 ਸਾਲ ਤੇ ਬਿਲਕੁਲ ਆਪਣੀ ਮੁੱਠੀ 'ਚ ਸਾਰੀ ਦੀ ਸਾਰੀ ਪਾਵਰ ਰੱਖੀ ਇਵੇਂ ਥੋੜ੍ਹਾ ਪਬਲਿਕ ਖੁਸ਼ ਹੁੰਦੀ ਠੀਕ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧੂ ਦਾ ਹੀ ਨੁਕਸਾਨ ਪਾਰਟੀ ਦਾ ਹੋਣਾ ਹੈ ਇਹ ਗਲਤੀਆਂ ਕਰਕੇ ਚਲੋ ਮਿਹਰਬਾਨੀ ਤੁਹਾਡੀ ਪ੍ਰੇਮਪੁਰਾ ਸਾਹਿਬ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਰੱਖੇ ਅਤੇ ਮੈਂ ਆਪਣੇ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ ਜੋ ਕੋਈ ਹੋਰ ਵੀ ਸਾਡੇ ਨਾਲ ਇਸ ਮੰਚ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਆਪਣੇ ਵਿਚਾਰ ਰੱਖਣਾ ਚਾਹੁੰਦੇ ਹਨ ਕੀ ਤੁਹਾਨੂੰ ਲੱਗਦਾ ਕਿ ਵਾਕਈ ਨਵਜੋਤ ਸਿੰਘ ਸਿੱਧੂ ਨੇ ਅਗਰ ਚੁੱਪੀ ਜਿਹੜੀ ਹੁਣ ਹਾਲ ਫਿਲਹਾਲ ਦੇ ਵਿੱਚ ਸਦੀ ਹੋਈ ਹੈ ਉਹ ਵਾਕਈ ਹੀ ਉਹਨਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਸਿਆਸੀ ਭਵਿੱਖ ਨੂੰ ਸੁਨਹਿਰਾ ਕਰੇਗੀ ਜਾਂ ਫਿਰ ਸਿੱਧੂ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ ਜੋ ਆਪਣੀ ਮੰਗਾਂ ਹਨ ਉਹ ਰੱਖਣੀਆਂ ਚਾਹੀਦੀਆਂ ਹਨ ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੰਘ ਸਿੱਧੂ ਦੇ ਵਿੱਚ ਵਿਚਾਰੇ ਚੱਲ ਰਹੀ ਹੈ ਇਸ ਟਾਈਮ ਜਿਹੜੇ ਮਤਭੇਦ ਨੇ ਉਹ ਜਨਤਕ ਤਾਂ ਹੋ ਚੁੱਕੇ ਹਨ ਕਿ ਉਹਦਾ ਜਿਹੜਾ ਖਾਮੇ ਆ ਜਾਏ ਉਹ ਪੰਜਾਬ ਨੂੰ ਭੁਗਤਣਾ ਪਏਗਾ ਔਰ ਜਿਹੜੇ ਅੰਦਾਜ਼ੇ ਅਸੀਂ ਲਾ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇੱਕ ਵੱਡਾ ਫੈਸਲਾ ਲੈ ਸਕਦੇ ਹਨ ਅਗਰ ਉਹ ਵੱਡਾ ਫੈਸਲਾ ਲੈਣਗੇ ਤਾਂ ਕੀ ਲੈਣਗੇ ਔਰ ਜੇਕਰ ਉਹ ਆਪਣੀ ਨਵੀਂ ਪਾਰਟੀ ਬਣਾਉਂਦੇ ਹਨ ਕਿ ਉਹ ਪੰਜਾਬ ਦੇ ਵਿੱਚ ਸਕਸੈਸ ਹੋਣਗੇ ਜਾਂ ਫਿਰ ਉਹਨਾਂ ਦੀ ਪਾਰਟੀ ਵਧੀਆ ਤਰੀਕੇ ਨਾਲ ਚੜੇਗੀ ਜਾਂ ਫਿਰ ਰਿਵਾਇਤੀ ਪਾਰਟੀਆਂ ਉਹਨਾਂ ਨੂੰ ਬਰਦਾਸ਼ਤ ਕਰੇਗੀ ਇੱਕ ਵੱਡੇ ਸਵਾਲ ਹੈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹਾਲ ਫਿਲਹਾਲ ਦੇ ਵਿੱਚ ਬਣੇ ਹੋਏ ਹਨ ਲੇਕਿਨ ਪਤਾ ਇਹ ਚੱਲਿਆ ਸੂਤਰਾਂ ਤੋਂ ਕਿ ਉਹ ਆਪਣੇ ਕੌਂਸਟੀਟੂਐਂਸੀ ਦਾ ਦੌਰਾ ਕਰਕੇ ਆਏ ਹਨ ਪਾਰਟੀ ਵਰਕਰਾਂ ਨੂੰ ਮਿਲੇ ਹਨ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਨ ਲੇਕਿਨ ਜਦ ਦਾ ਉਹਨਾਂ ਨੇ ਅਹੁਦਾ ਆਪਣਾ ਛੱਡਿਆ ਮਿਨਿਸਟਰੀ ਦਾ ਕੈਬਨਿਟ ਮਿਨਿਸਟਰੀ ਦਾ ਉਸ ਤੋਂ ਬਾਅਦ ਉਹ ਬਿਲਕੁਲ ਡੀਐਕਟੀਵੇਟ ਹੋ ਗਏ ਹਨ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਮੌਨਸੂਨ ਇਜਲਾਸ ਵੀ ਹਜੇ ਹਾਲ ਫਿਲਹਾਲ ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਉਹ ਨਹੀਂ ਪਹੁੰਚੇ ਲੋਕਾਂ ਨੂੰ ਉਮੀਦਾਂ ਸੀਗੀਆਂ ਵੋਟਰਾਂ ਨੂੰ ਉਮੀਦਾਂ ਸੀਗੀਆਂ ਕਿ ਨਵਜੋਤ ਸਿੰਘ ਸਿੱਧੂ ਇੱਥੇ ਆਉਣਗੇ ਮੀਡੀਆ ਨੂੰ ਉਮੀਦਾਂ ਸੀਗੀਆਂ ਕਿ ਨਵਜੋਤ ਸਿੰਘ ਸਿੱਧੂ ਆਉਣਗੇ ਚੰਡੀਗੜ੍ਹ ਦੀ ਕੋਠੀ ਉਹ ਖਾਲੀ ਕਰ ਚੁੱਕੇ ਹਨ ਔਰ ਸੁਣਨ ਨੂੰ ਇਹ ਵੀ ਆਇਆ ਸੀਗਾ ਕਿ ਉਹ ਮੌਨ ਵਰਤ
ਤੇ ਉਹਨਾਂ ਨੇ ਰੱਖਿਆ ਹੋਇਆ ਤੇ ਕਿੱਥੇ ਪਹਾੜੀਆਂ ਦੇ ਵਿੱਚ ਵੀ ਉਹ ਚਲੇ ਗਏ ਹਨ ਜਿੱਥੇ ਜਾ ਕੇ ਉਹਨਾਂ ਨੇ ਮੈਡੀਟੇਸ਼ਨ ਹਾਲ ਫਿਲਹਾਲ ਦੇ ਵਿੱਚ ਕੀਤੀ ਹੈ। ਸੋ ਇਹਨਾਂ ਦੀ ਜਿਹੜੀ ਹੁਣ ਪੀਸਫੁੱਲ ਲਾਈਫ ਹੈ, ਜਿਸ ਤਰੀਕੇ ਦਾ ਅੰਦਾਜ਼ ਨਵਜੋਤ ਸਿੰਘ ਸਿੱਧੂ ਦਾ ਸੀਗਾ, ਲੋਕ ਉਹਨੂੰ ਵਾਕਈ ਹੀ ਮਿਸ ਕਰ ਰਹੇ ਹਨ। ਜਿਸ ਤਰੀਕੇ ਨਾਲ ਉਹ ਪੰਜਾਬ ਦੇ ਮੁੱਦਿਆਂ ਨੂੰ ਰੱਖਦੇ ਸੀਗੇ, ਲੋਕ ਵਾਕਈ ਹੀ ਉਹਨੂੰ ਮਿਸ ਕਰ ਰਹੇ ਹਨ। ਜੇਕਰ ਤੁਹਾਨੂੰ ਵੀ ਅਜਿਹਾ ਲੱਗਦਾ ਤਾਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਪ੍ਰਤੀਕਰਮ, ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਫਿਲਹਾਲ ਮੈਂ ਇੱਕ ਬ੍ਰੇਕ ਲਈ ਰੁਕ ਰਿਹਾ, ਬ੍ਰੇਕ ਤੋਂ ਬਾਅਦ ਆਵਾਂਗੇ, ਲਵਾਂਗੇ ਤੁਹਾਡੇ ਵਿਚਾਰ। ਤੁਹਾਡਾ ਸਵਾਗਤ ਹੈ, ਕਾਫੀ ਸਾਰੇ ਕਾਲਰ ਸਾਡੇ ਨਾਲ ਜੁੜੇ ਹੋਏ ਹਨ, ਲੈਂਦੇ ਹਾਂ ਅਸੀਂ ਆਪਣੀ ਨੈਕਸਟ ਕਾਲ ਔਰ ਵੇਖਦੇ ਹਾਂ ਕੀ ਕੁਝ ਪ੍ਰਤੀਕਰਮ ਤੁਸੀਂ ਦੇਣਾ ਚਾਹੁੰਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸਤੀਸ਼ ਸ਼ਰਮਾ ਬੋਲ ਰਿਹਾ ਜੀ। ਜੀ ਪੰਜਾਬ ਚੈਪਟਰ ਜੀ, ਸਤੀਸ਼ ਸ਼ਰਮਾ ਜੀ, ਕੀ ਹਾਲ ਹੈ ਤੁਹਾਡਾ, ਠੀਕ ਹੋ? ਹਾਂਜੀ, ਬਹੁਤ ਬਹੁਤ ਅੱਛਾ, ਬਹੁਤ ਅੱਛਾ ਜੀ। ਸਾਰੇ ਜਸ ਪੰਜਾਬੀ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਤੀਸ਼ ਜੀ, ਕੀ ਕੁਝ ਵਿਚਾਰ ਰੱਖਣਾ ਚਾਹੋਗੇ, ਕਿੱਥੇ ਚਲੇ ਗਏ ਨਵਜੋਤ ਸਿੰਘ ਸਿੱਧੂ? ਨਵਜੋਤ ਸਿੰਘ ਸਿੱਧੂ ਰਾਈਟ ਨਾਓ ਬੇਸ਼ੱਕ ਆਪਣੇ ਸਿਆਸੀ ਸਰਕਲ ਦੇ ਵਿੱਚ ਸਾਇਲੈਂਟ ਨੇ ਜੀ, ਲੇਕਿਨ ਉਹ ਬੜੇ ਇੱਕ ਸੱਚੇ ਸੁੱਚੇ ਇਮਾਨਦਾਰ ਨੇਤਾ ਨੇ, ਉਹ ਵੈਰੀ ਜਲਦ ਜਲਦ ਸੁਰਖੀਆਂ 'ਚ ਦੁਆਰਾ ਆਉਣਗੇ। ਤੇ ਕੀ ਕਾਰਨ ਹੋ ਗਏ ਕਿ ਉਹ ਹੁਣ ਡੇਲੀ ਪੋਲਿਟਿਕਸ ਦੇ ਵਿੱਚ ਇੰਨੇ ਐਕਟਿਵ ਨਹੀਂ ਨਜ਼ਰ ਆ ਰਹੇ? ਦੇਖੋ ਜੀ, ਇਹ ਕੁਛ ਅੰਦਰੂਨੀ ਜਿਹੜਾ ਕਾਂਗਰਸ ਦਾ ਸਿਸਟਮ ਸੈਟਅਪ ਹੋਇਆ ਹੋਇਆ, ਹੋ ਸਕਦਾ ਕਿ ਸੈਂਟਰ ਵੱਲੋਂ ਉਹਨਾਂ ਨੂੰ ਕੁਝ ਹਦਾਇਤਾਂ ਹੋਣ, ਕੁਝ ਪ੍ਰੋਗਰਾਮ ਖਾਸ ਜਿੱਥੇ ਉਹ ਨਹੀਂ ਭਾਗ ਲੈ ਸਕੇ, ਜਿੱਥੇ ਆਪਾਂ ਆਸ ਕਰਦੇ ਸੀ ਸਾਰੇ ਪੰਜਾਬੀ ਕਿ ਉਹ ਮੋਹਰੇ ਆਉਣਗੇ, ਉੱਥੇ ਉਹ ਥੋੜਾ ਪਿੱਛੇ ਰਹੇ ਨੇ, ਨਿਰਾਸ਼ਾ ਹੋਈ ਆ। ਪਰ ਵੈਰੀ ਵੈਰੀ ਸੋਨ ਯੂ ਵਿਲ ਸੀ ਹਿਮ ਔਨ ਦਾ ਫਰੰਟ, ਵੈਰੀ ਸੋਨ। ਅਸੀਂ ਕਾਫੀ ਗੱਲਾਂ ਦੇ ਉੱਤੇ ਵਿਚਾਰ ਕਰ ਲਿਆ ਸਤੀਸ਼ ਸ਼ਰਮਾ ਜੀ, ਤੁਸੀਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਹੋ, ਤੁਹਾਨੂੰ ਜ਼ਿਆਦਾ ਪਤਾ ਹੋਏਗਾ, ਕੋਈ ਅਸਾਈਨਮੈਂਟ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਗਿਆ ਜੋ ਕਿ ਉਹ ਚਾਹੁੰਦੇ ਹਨ ਕਿ ਤੁਸੀਂ ਪੰਜਾਬ ਦੀ ਐਕਸਟ੍ਰੀਮ ਪੋਲੀਟਿਕਸ ਤੋਂ ਬਾਹਰ ਆਓ ਔਰ ਤੁਸੀਂ ਦਿੱਲੀ ਦੇ ਵੱਲ ਆਪਣੀ ਕੂਚ ਕਰੋ ਤਾਂ ਕਿ ਤੁਹਾਨੂੰ ਕੇਂਦਰ ਇਨ ਫਿਊਚਰ ਤੁਹਾਨੂੰ ਕੇਂਦਰ ਦੇ ਵਿੱਚ ਕੋਈ ਜਿਹੜੀ ਰਿਸਪੋਂਸੀਬਿਲਿਟੀਜ਼ ਹਨ, ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹਨ ਆਉਂਦੀ ਹੈ ਕੇਂਦਰ ਦੇ ਵਿੱਚ ਤਾਂ ਉੱਥੇ ਤੁਹਾਨੂੰ ਕੁਝ ਦਿੱਤਾ ਜਾਏ। ਇਹ ਵੀ ਤਜਵੀਜ਼ ਰੱਖੀ ਗਈ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਸਿਆਸੀ ਪੰਡਿਤਾਂ ਦਾ ਮੰਨਣਾ ਹੈ ਕਿ ਉਹ ਚਾਹੁੰਦੇ ਹਨ ਕਿ ਤੁਸੀਂ ਪੰਜਾਬ ਦੀ ਪੋਲੀਟਿਕਸ ਤੋਂ ਬਾਹਰ ਨਿਕਲ ਕੇ ਦਿੱਲੀ ਦੀ ਪੋਲੀਟਿਕਸ ਦੇ ਵਿੱਚ ਆਓ, ਤੁਹਾਨੂੰ ਦਿੱਲੀ ਦੇ ਸੀਐਮ ਦਾ ਕੈਂਡੀਡੇਟ ਅਸੀਂ ਉਤਾਰ ਦਾਂਗੇ, ਕਿਉਂਕਿ ਉੱਥੇ ਪੰਜਾਬੀਆਂ ਦੀ ਬਹੁਤ ਜ਼ਿਆਦਾ ਗਿਣਤੀ ਹੈਗੀ ਹੈ ਔਰ ਨਵਜੋਤ ਸਿੰਘ ਸਿੱਧੂ ਕੈਨ ਬੀ ਦੀ ਚੀਫ ਮਿਨਿਸਟਰ ਆਫ ਨਿਊ ਦਿੱਲੀ ਐਜ਼ ਵੈਲ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਇਹ ਸ਼ੀਲਾ ਦੀਕਸ਼ਿਤ ਜੀ ਦੀ ਡੈਥ ਤੋਂ ਬਾਅਦ ਥੋੜੇ ਜਿਹੇ ਕੁਛ ਸਿਸਟਮ ਆਪਣੇ ਵਿਚਾਰ ਤੰਦਰਾ ਹੋਇਆ ਸੀ ਸੈਂਟਰ ਦੇ ਵਿੱਚ, ਹੋ ਸਕਦਾ ਕਿ ਉਹਨਾਂ ਨੂੰ ਉਹ ਉੱਪਰ ਲੈ ਜਾਣ, ਪਰ ਅਜੇ ਤੱਕ ਇਸ ਬਾਰੇ ਕੋਈ ਸਪਸ਼ਟੀਕਰਨ ਨਹੀਂ ਹੈ। ਤੇ ਤੁਹਾਨੂੰ ਲੱਗਦਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਇਸ ਅਪੀਲ ਨੂੰ ਸਵੀਕਾਰ ਅਗਰ ਉਹ ਮੰਨ ਵੀ ਲੈਂਦੇ ਹਨ ਤੇ ਪੰਜਾਬੀਆਂ ਦੇ ਨਾਲ ਧੋਖਾ ਹੋਵੇਗਾ? ਇਹ ਮੇਰਾ ਨਹੀਂ ਖਿਆਲ, ਉਹ ਛੱਡ ਕੇ ਜਾਣਗੇ ਜੀ, ਉਹ ਪੰਜਾਬ 'ਚ ਹੀ ਰਹਿਣਾ ਚਾਹੁੰਦੇ, ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਸਾਡੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਨੇ। ਐਂਡ ਸਤੀਸ਼ ਜੀ, ਇਸ ਗੱਲ ਦੇ ਉੱਤੇ ਵੀ ਚਾਨਣਾ ਪਾਓ ਕਿ ਮੰਨਿਆ ਜਾ ਰਿਹਾ ਕਿ ਈਗੋ ਟਸਲ ਵਾਰ ਹੈ, ਐਗਰੈਸ਼ਨ ਵਾਰ ਹੈ ਇੱਕ ਜਗ੍ਹਾ ਔਰ ਇੱਕ ਜਗ੍ਹਾ ਈਗੋ ਟਸਲ ਹੈ, ਅਤੇ ਇਸ ਕਰਕੇ ਪੰਜਾਬੀਅਤ ਨੂੰ, ਪੰਜਾਬ ਨੂੰ ਔਰ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਔਰ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੋਟ ਦਿੱਤਾ ਸੀਗਾ, ਉਹ ਹੁਣ ਆਪਣੇ ਆਪ ਨੂੰ ਠਗਾ ਹੋਇਆ ਮਹਿਸੂਸ ਕਰ ਰਹੇ ਹਨ? ਇਹ ਦੇਖੋ ਜੀ, ਮੈਂ ਜੇ ਹੁਣ ਪੰਜਾਬ ਦੇ ਵਿੱਚ ਹੁਣ ਪੂਰੀ ਸਿਆਸਤ ਨੂੰ ਵੇਖਿਆ ਜਾਵੇ ਤੇ ਇਸ ਵੇਲੇ ਜਿਵੇਂ ਨਵਜੋਤ ਸਿੰਘ ਸਿੱਧੂ ਜੀ ਹੋਏ ਤੇ ਉਧਰੋਂ ਮਨਪ੍ਰੀਤ ਬਾਦਲ ਜੀ ਹੋਏ ਤੇ ਤੁਸੀਂ ਉਹਨਾਂ ਦੀ ਐਕਟੀਵਿਟੀਜ਼ ਨੂੰ ਦੇਖੋ ਤੇ ਥੋੜੀਆਂ ਤੁਹਾਨੂੰ ਲੱਗਣਗੀਆਂ ਮੱਧਮ ਜੀ, ਜਦਕਿ ਉਹ ਬੜੇ ਇਮਾਨਦਾਰ ਇੱਕ ਲੀਡਰ ਨੇ, ਉਹ ਥੋੜਾ ਜਿਹਾ ਕਾਂਗਰਸ ਪੱਖੋਂ ਝਟਕਾ ਲੱਗ ਰਿਹਾ, ਪਰ ਵੈਰੀ ਸੂਨ ਥੋੜਾ। ਕੈਨ ਵੀ ਸੇ ਦੈਟ ਕੈਪਟਨ ਅਮਰਿੰਦਰ ਸਿੰਘ ਇਜ਼ ਪਲੇਇੰਗ ਤਾਨਾਸ਼ਾਹ ਰੋਲ ਰਾਈਟ ਨਾਓ ਇਨ ਪੰਜਾਬ? ਥੋੜਾ ਲੱਗ ਰਿਹਾ, ਦੇਖੋ ਜੀ, ਸਾਨੂੰ ਦੂਰ ਬੈਠਿਆ ਜੂਏ 'ਚ ਬੈਠਿਆ ਵੀ ਇਹ ਲੱਗ ਰਿਹਾ ਕਿ ਇਮਾਨਦਾਰ ਵਰਕਰ ਜਿਹੜੇ ਇੱਥੇ ਸਾਡੇ ਇਮਾਨਦਾਰ ਲੀਡਰ ਨੇ, ਉਹਨਾਂ ਨੂੰ ਥੋੜਾ ਜਿਹਾ ਅੱਖੋਂ ਓਹਲੇ ਕੀਤਾ ਜਾ ਰਿਹਾ, ਲੱਗ ਰਿਹਾ ਕਿ ਉਹ ਨੂੰ ਠਗਾ ਹੋਇਆ ਮਹਿਸੂਸ ਕਰ ਰਹੇ ਹਨ, ਲੱਗ ਰਹੇ ਹਨ। ਜੇਕਰ ਤੁਸੀਂ ਇਸ ਗੱਲ ਨੂੰ ਕਹਿ ਰਹੇ ਤਾਂ ਮੈਨੂੰ ਲੱਗਦਾ ਵਾਕਈ ਇਸ ਗੱਲ ਦੇ ਵਿੱਚ ਕੋਈ ਨਾ ਕੋਈ ਸੱਚਾਈ ਹੋਏਗੀ, ਕਿਉਂਕਿ ਸੱਚਾਈ ਹੈਗੀ। ਵੈਸੇ ਕਰਕੇ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਮੈਂ ਕਿਹਾ ਥੋੜਾ ਜਿਹਾ ਵੇਟ ਕਰੋ, ਬਹੁਤ ਜਲਦ ਉਹ ਪੰਜਾਬ ਦੇ ਵਿੱਚ ਹੀ ਰਹਿ ਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਨੇ, ਉੱਥੇ ਹੀ ਰਹਿਣ।
क्योंकि मैं अगर कैप्टन अमरिंदर सिंह की गल करदा जो जो सब तो व्डे वादे उन्होंने किए थे वो वादे तो किसी भी सुरखियों के नहीं है ना उन्होंने उत्ते वचनबंद होए भावें वह किसानी का मुद्दा होए भावें ड्रग माफिया का मुद्दा होए भावें रेत माफिया का मुद्दा होवे भावें वह पंजाब के रोज़गार का मुद्दा होवे भावें सिक्ख्या के म्यार वधाउण की गल होवे वो मुद्दे तो बिल्कुल अणगोले हो गए उन्होंने उत्ते कोई विचार ही नहीं कर रहा। हाँ जी बिल्कुल ताड़ी गल मैं कुछ हद तक सहमत है। देखो जी बाकी पार्टी किस लैवल से वर्क कर रही है असि तो दूरों बैठे दे वाच कर रहे उन्होंने बट दे आर डूइंग। सतीश जी मैं तुहानू जरूर बेनती करांगा कि सिंस यू आर अ चेयरपर्सन ऑफ पंजाब ओवरसीज कांग्रेस तो तुम इस गल जरूर चको और अपने सीनियर लीडर्स नू पंजाब दे विच कैप्टन अमरिंदर सिंह होरां दे कन्नां तक पहुँचाओ कि तुहाडे तो सत समुंदर पार बैठे NRI परेशान हैं जेकर तुसी क्योंकि यह गल दे विच मैं बिल्कुल कहांगा कि जेकर अगर पंजाब दे विच सरकार बनती है किसी की भी तो उन्हां दे विच 1/3 अगर सहयोग हुंदा है तो वह विदेशां दे विच बैठे हुए NRI भरावां दा हुंदा है। ਤੁਸੀਂ ਇਸ ਗੱਲ ਨੂੰ ਮੰਨਦੇ ਕਿ ਨਹੀਂ ਮੰਨਦੇ? ਬਿਲਕੁਲ ਆਈ 100% ਐਗਰੀ ਵਿਦ ਯੂ ਅਸੀਂ ਵੀ ਆਰ ਵੈਰੀ ਮੱਚ ਕਨਸਰਨਡ ਤੇ ਇਹ ਵਾਕਿਆ ਹੀ ਤੁਹਾਡਾ ਜਿਹੜਾ ਇਹ ਵਿਚਾਰ ਆ ਮੈਂ ਪਹੁੰਚਾਵਾਂਗਾ ਜੀ ਅਸੀਂ ਆਵਾਜ਼ ਉਠਾਵਾਂਗੇ ਇਸ ਬਾਰੇ थैंक यू सो मच सतीश जी तुसी सानू कॉल किया अपने विचार साडे नाल इस मंच दे उत्ते रखे तो तमाम गैसट और तमाम जिहड़े अज साडे नाल कॉलरज आए वो वाकई ही फिक्रमंद हैं पंजाब नू लैके जिवें कि असी वेख्या और सोचते हैं कि नवजोत सिंह सिद्धू नू वापसी करनी चाहिए है और जिस तरीके का वो खेड छड के गए थे जिस तरीके की सियासी पिच के उत्ते वो बल्ला चलाउंदे सीगे उस तरीके नाल बल्ला चलाउण और शक्के छजाउण विरोधियों के और मुड़ तो वो अपने मुद्दों नू लैके आउण ताकि मुद्दे जितण और जब मुद्दे जितते हैं तो फिर लोगों का विकास हुंदा है तो फिर रोज़गार की गल हुंदी है सिक्ख्या के म्यार नू वधाउण की गल हुंदी है खुशहाली की गल हुंदी है किसानी की गल हुंदी है और उन्होंने सारे लोगों की गल हुंदी है जो कि पंजाब के पक्ष नू सुनहरा कर सकते हैं। लेकिन हाल फिलहाल दे विच जिस तरीके का माहौल पंजाब दे विच हड़ आने तो बाद क्रिएट होया होया जिथे सीनियर लीडर्स और जिहड़े सीरियस लीडर ने वो अजे नहीं दिख रहे क्योंकि मैनू लगता है कि हर कोई सियासी रोटियां सेकना चाहुंदा है और इस सियासी रोटियां दे विच किते ना किते जिहड़े अहम विषय हैं वो गायब हो रहे हैं। लेकिन जस पंजाबी इस गल नू जरूर समझदा है एक जिम्मेदार चैनल होने दे नाल असी इस मंच दे उत्ते उन्हां सारे मुद्दियां नू लैके आवांगे क्योंकि असी किसी भी गल नू मसला नहीं बनाउणा चाहुंदे असी चाहुंदे आ कि उस मसले नू उस विषय नू और उस अणगोले होए होए टॉपिक्स नू लैके आईए और खरीए तुहाडे नाल अज दा मुद्दा। फिलहाल मैनू हरकीरत सिंह आलूवालिया ते मेरी पूरी टीम नू दवो इजाजत धन्नवाद सत श्री अकाल।